जस टीवी देख रहे हो तुसीं, मैं केपी सिंह तुहाडा स्वागत करदा। टू द पॉइंट विच अज फिर गलबात होवेगी पंजाब की आम आदमी पार्टी की इकाई की। इस सब के विचाले जदों सुखपाल सिंह खैरा एडहॉक PSC का ऐलान करते हैं, उस तो बाद भगवंत मान प्रैस कॉन्फ्रेंस करते हैं। भगवंत मान ने सुखपाल सिंह खैरा के खिलाफ मोर्चा खोल दिता, बहुत कुछ किया है। एक गल उन्होंने महत्वपूर्ण कही है कि 26 जुलाई में शाम 5:35 से जो भगवंत मान ने यह गल कही है कि सुखपाल सिंह खैरा हटाया गया, उदों तक खुद मुख्तारी पंजाब आप विच बरकरार सी, उदू बाद जिहड़ा पंजाब लवारिस हो गया। असीं सवाल इक्को पुछांगे, पंजाब आप नूं चाहिदा की है, सुख जां मान? ਕਿਉਂਕਿ ਅਸੀਂ ਭੋਲੇ ਆ, ਸਾਡੇ ਮੂੰਹ ਨਿਕਲ ਜਾਣਾ ਸਭ ਕੁਝ। ਮਤਲਬ ਇਹ ਭੋਲੇ ਨੇ ਸਿੱਟੇ ਨੇ, ਪਰ ਜਦੋਂ ਉਹਨਾਂ ਨੂੰ ਪਤਾ ਲੱਗ ਜਾਂਦਾ ਨਾ ਕੁਝ ਕੀ ਗੱਲ ਗਲਤ ਹੈ, ਉਹ ਉਨੀ ਵਿੰਗੇ ਨੇ। ਇਹ ਲੜਾਈ ਹੁਣ ਮਲਵਈ ਮਾਨ ਅਤੇ ਦੁਆਬੀਏ ਖਹਿਰੇ ਦੇ ਵਿਚਕਾਰ ਸ਼ੁਰੂ ਹੋ ਗਈ ਆ। ਅੱਜ ਬਹਿਸ ਕਿਉਂ ਕਰ ਰਹੇ? ਬਹਿਸ ਇਸ ਕਰਕੇ ਕਰ ਰਹੇ ਹਾਂ ਕਿ ਆਮ ਆਦਮੀ ਪਾਰਟੀ ਦਾ ਨਵਾਂ ਸ਼ੋਅ ਸ਼ੁਰੂ ਹੋ ਗਿਆ, ਕਿਉਂਕਿ ਭਗਵੰਤ ਮਾਨ ਆ ਇਸ ਵਿੱਚ ਕੁੱਦ ਗਏ ਆ। ਚੰਡੀਗੜ੍ਹ ਵਿੱਚ ਆਮ ਆਦਮੀ ਪਾਰਟੀ ਦੇ MP ਭਗਵੰਤ ਮਾਨ ਨੇ ਖਹਿਰਾ ਖਿਲਾਫ਼ ਮੋਰਚਾ ਖੋਲ੍ਹ ਦਿੱਤਾ। ਸੁਖਪਾਲ ਸਿੰਘ ਖਹਿਰਾ 'ਚ ਮੋਦੀ ਦੀ ਰੂਹ ਨਜ਼ਰ ਆਉਂਦੀ ਹੈ, ਭਗਵੰਤ ਮਾਨ ਨੇ ਇਹ ਵੀ ਕਹਿ ਦਿੱਤਾ। ਕੁਰਸੀ ਜਾਣ ਤੋਂ ਪਰੇਸ਼ਾਨ ਹੈ ਖਹਿਰਾ, ਪੰਜਾਬ ਦੀ ਕੋਈ ਫਿਕਰ ਨਹੀਂ, ਭਗਵੰਤ ਮਾਨ ਨੇ ਇਹ ਵੀ ਕਿਹਾ। ਖੁਦ ਮੁਖਤਿਆਰੀ ਮੰਗਣ ਤੋਂ ਪਹਿਲਾਂ ਅਨੁਸ਼ਾਸਨ ਸਿੱਖਣ ਖਹਿਰਾ। ਮਜੀਠੀਆ ਤੋਂ ਮਾਫ਼ੀ ਮੰਗਣ ਦਾ ਮਾਮਲਾ ਖਹਿਰਾ ਨੂੰ ਪਤਾ ਸੀ, ਮੈਨੂੰ ਨਹੀਂ ਪਤਾ ਸੀ, ਭਗਵੰਤ ਮਾਨ ਨੇ ਇਹ ਅਤੇ ਮੌਕਾ ਪ੍ਰਸਤ ਦੇ ਹੱਥੋਂ ਪਾਰਟੀ ਨਹੀਂ ਟੁੱਟਣ ਦੇਵਾਂਗੇ, ਇਹ ਵੀ ਭਗਵੰਤ ਮਾਨ ਹੋਰਾਂ ਨੇ ਕਿਹਾ। 16 ਵਿਧਾਇਕਾਂ ਨੇ ਖਹਿਰਾ ਨੂੰ ਹਟਾਉਣ ਲਈ ਦਸਤਖਤ ਕੀਤੇ, ਮਾਨ ਸਾਹਿਬ ਨੇ ਵੀ ਗੱਲ ਕਹੀ ਹੈ। ਸੁਖਪਾਲ ਖਹਿਰਾ ਵੱਲੋਂ ਐਡਹੋਕ ਕਮੇਟੀ ਦਾ ਗਠਨ ਕੀਤਾ ਗਿਆ, ਖਹਿਰਾ ਸਣੇ 8 ਵਿਧਾਇਕ ਸ਼ਾਮਲ ਹੈ। ਐਡਹੋਕ PSC ਕਰੇਗੀ ਸੂਬਾ ਪ੍ਰਧਾਨ ਦੀ ਚੋਣ, ਹੁਣ ਪ੍ਰਧਾਨਾਂ ਦੀ ਲੜਾਈ ਹੈਗੀ ਹੈ, ਅਤੇ ਭਗਵੰਤ ਮਾਨ ਕਹਿੰਦੇ ਕੀ ਹੈਗੇ ਪਹਿਲਾਂ ਸੁਣ ਲਈਏ। ਮੈਂ ਪੰਜਾਬ ਨਾਲ ਹਾਂ, ਮੈਂ ਇੱਥੇ ਕਿਸੇ ਨੂੰ ਡਿਫੈਂਡ ਕਰਨ ਨਹੀਂ ਆਇਆ, ਮੈਂ ਪੰਜਾਬ ਦੇ ਨਾਲ ਹਾਂ। 26 ਮਾਰਚ 2011 ਨੂੰ ਮੈਂ ਮਨਪ੍ਰੀਤ ਬਾਦਲ ਹੋਰਾਂ ਦੀ ਪਾਰਟੀ ਸ਼ਾਮਲ ਹੋ ਗਿਆ ਸੀ, ਉਦੋਂ ਦਾ ਮੈਂ ਪੰਜਾਬ ਨਾਲ। ਮਨਪ੍ਰੀਤ ਬਾਦਲ ਜੀ ਕਾਂਗਰਸ ਚਲੇ ਗਏ, ਪਰ ਮੈਂ ਆਮ ਆਦਮੀ ਪਾਰਟੀ ਚ ਆ ਕੇ ਉਸੇ ਏਜੰਡੇ ਤੇ ਖੜ ਕੇ ਮੈਂ ਪੰਜਾਬ ਨਾਲ ਹਾਂ। ਸੁਖਪਾਲ ਖਹਿਰਾ ਇਜ਼ ਨੋਟ ਏ ਪੰਜਾਬ, ਇੱਕ ਵਿਅਕਤੀ ਵਿਸ਼ੇਸ਼ ਦਾ ਪੰਜਾਬ ਨਹੀਂ ਹੈਗਾ, ਇਹ 2.5 ਕਰੋੜ ਪੰਜਾਬੀਆਂ ਦਾ ਪੰਜਾਬ ਹੈ, ਲੱਖਾਂ ਵਿਦੇਸ਼ਾਂ ਚ ਵਸਦੇ ਪੰਜਾਬੀਆਂ ਦਾ ਪੰਜਾਬ ਹੈ। ਜੇ ਕੋਈ ਖਹਿਰਾ ਸਾਹਿਬ ਦੇ ਧੜੇ ਨਾਲ ਨਹੀਂ ਹੈਗਾ, ਇਹਦਾ ਮਤਲਬ ਇਹ ਨਹੀਂ ਹੈਗਾ ਕਿ ਬਾਕੀ ਸਾਰੇ ਬੇਸ਼ਰਮ ਨੇ, ਬਾਕੀ ਉਹੀ ਗੈਰਤਮੰਦ ਨੇ ਜਿਹੜੇ ਉਹਨਾਂ ਨਾਲ ਜਾਂਦੇ ਨੇ। ਫਿਰ ਮਿਸਟਰ ਪ੍ਰਤਾਪ ਸਿੰਘ ਬਾਜਵਾ ਜਦੋਂ ਪ੍ਰਧਾਨ ਬਣੇ, ਇਹਨਾਂ ਨੂੰ ਚੀਫ ਸਪੋਕਸਪਰਸਨ ਬਣਾਤਾ। ਜਦੋਂ ਉਹਨਾਂ ਦੀ ਤਾਜਪੋਸ਼ੀ ਹੋਈ ਤਾਂ ਉੱਥੇ ਸਾਰਾ ਇੰਚਾਰਜ ਸੁਖਪਾਲ ਸਿੰਘ ਖਹਿਰਾ ਹੀ ਸੀ। 15 ਦਿਨਾਂ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਜੀ ਦੇ ਪਿੱਠ 'ਚ ਛੁਰਾ ਮਾਰਿਆ, ਉਹਨਾਂ ਦੇ ਵਿਰੁੱਧ ਬੋਲਣ ਲੱਗ ਗਏ। ਨੋਟ ਕਰ ਲਿਓ, 26 ਜੁਲਾਈ 2018 ਤੱਕ ਪੰਜਾਬ ਖੁਦ ਮੁਖਤਿਆਰ ਸੀ ਜੀ। 26 ਜੁਲਾਈ ਨੂੰ ਸ਼ਾਮ ਨੂੰ 5:35 ਤੇ ਜਦੋਂ ਇਹਨਾਂ ਨੂੰ ਇਨਫੋਰਮੇਸ਼ਨ ਦੇ ਦਿੱਤੀ ਗਈ ਕਿ ਤੁਸੀਂ ਵਿਰੋਧੀ ਧਿਰ ਦੇ ਉਹਦੇ ਤੋਂ ਹਟਾ ਦਿੱਤੇ ਗਏ ਹੋ, ਅਚਾਨਕ ਪੰਜਾਬ ਲਾਵਾਰਸ ਹੋ ਗਿਆ। ਫਿਰ ਅਚਾਨਕ ਪੰਜਾਬ ਜਿਹੜਾ ਲਾਵਾਰਸ ਹੋ ਗਿਆ, ਤੇ ਜਦੋਂ ਇਹਨਾਂ ਨੂੰ ਵਿਰੋਧੀ ਧਿਰ ਦਾ ਨੇਤਾ ਬਣਾਇਆ ਗਿਆ, ਉਦੋਂ ਇਹ ਗੁਲਦਸਤੇ ਲੈ ਕੇ ਅਰਵਿੰਦ ਕੇਜਰੀਵਾਲ ਜੀ ਕੋਲ ਚਲੇ ਗਏ। ਜਦੋਂ ਇਹਨਾਂ ਨੂੰ ਕੋਈ ਅਹੁਦਾ ਮਿਲੇ ਉਦੋਂ ਡੈਮੋਕਰੈਟਿਕ, ਜਦੋਂ ਇਹਨਾਂ ਦਾ ਕੋਈ ਅਹੁਦਾ ਖੁਸੇ ਉਦੋਂ। ਇਹ ਜੇ ਪੰਜਾਬੀਅਤ ਦੀ ਲੜਾਈ ਨਹੀਂ, ਇਹ ਕੁਰਸੀ ਦੀ ਲੜਾਈ। ਸੋ ਮੈਂ ਵਲੰਟੀਅਰ ਨੂੰ ਅਪੀਲ ਕਰਦਾ, ਇਹ ਬਹੁਤ ਹੀ ਚਤਰ ਚਲਾਕ ਤੇ ਟਿਕਟਬਾਜ਼ੀਆਂ ਵਾਲੇ ਨੇ, ਇਹਨਾਂ ਦੇ ਪਿੱਛੇ ਨਾ ਲੱਗ ਜਾਓ। ਪਾਰਟੀ ਜਿਹੜੀ ਹੈ ਉਹ ਲੋਕਾਂ ਨੇ ਬਣਾਈ ਹੈ, ਪਾਰਟੀ ਜਿਹੜੀ ਹੈ ਉਹ ਰਾਮਲੀਲਾ ਗਰਾਊਂਡ ਚੋਂ, ਦਿੱਲੀ ਤੋਂ ਐਂਟੀ ਕਰਪਸ਼ਨ ਮੂਵਮੈਂਟ ਚੋਂ ਨਿਕਲੀ ਹੋਈ ਹੈ। ਜੇ ਇੰਨੇ ਹੀ ਤੁਹਾਨੂੰ ਖੁਦ ਮੁਖਤਿਆਰੀ ਚਾਹੀਦੀ ਹੈ, ਤੁਹਾਨੂੰ ਫੈਸਲੇ ਚੰਗੇ ਨੇ। ਜਿਸ ਦਿਨ ਤੁਸੀਂ ਜੁਆਇਨ ਕੀਤਾ ਸੀ ਉਦੋਂ ਤੁਹਾਨੂੰ ਪਤਾ ਸੀ ਕਿ ਨੈਸ਼ਨਲ ਪਾਰਟੀ ਹੈ, ਦੇਸ਼ ਦੀ ਪਾਰਟੀ ਹੈ। ਉਹਦੇ ਜਿਸ ਦਿਨ ਤੁਸੀਂ ਸਰੋਪੇ ਪਵਾਏ ਸੀ ਉਹ ਦਿੱਲੀ ਵਾਲੇ ਤੋਂ ਪਵਾਏ ਸੀ, ਹੁਣ ਤੁਸੀਂ ਦਿੱਲੀ ਵਾਲੇ ਨੂੰ ਗਾਲਾਂ ਕੱਢਣ ਲੱਗ ਗਏ। ਇਹ ਤਾਂ ਐਂ ਲੱਗਦਾ ਜਿਵੇਂ ਦਿੱਲੀ ਵਾਲੇ ਦਿੱਲੀ ਵੱਲੋਂ ਜਾਂ ਪੰਜਾਬ ਵੱਲੋਂ, ਜਿਵੇਂ ਅਰਵਿੰਦ ਕੇਜਰੀਵਾਲ ਨੇ SYL ਦਾ ਨੱਕਾ ਹਰਿਆਣੇ ਨੂੰ ਖੁੱਲਤਾ ਹੋਵੇ। ਸੋ ਪਾਰਟੀ ਨੂੰ ਇਹ ਵੀਕ ਕਰ ਰਹੇ ਨੇ, ਪਾਰਟੀ ਨੂੰ ਤੋੜਨ ਦੀਆਂ ਜਿਹੜੀਆਂ ਇਹਨਾਂ ਦੀਆਂ ਸਕੀਮਾਂ ਨੇ ਉਹ ਨਹੀਂ ਚੱਲਣਗੀਆਂ। ਹੁਣ ਵੀ ਇਹ ਤੀਜਾ ਬਦਲ ਕਹਿੰਦੇ ਨੇ, ਜਦਕਿ ਪਾਰਟੀ ਦੂਜੇ ਨੰਬਰ ਤੇ ਹੈ। ਤੀਜਾ ਬਦਲ ਕਿਹੜਾ ਹੋ ਗਿਆ ਜੀ? ਫਾਰਮ ਭਰਾਉਣ ਲੱਗੇ ਕਹਿੰਦੇ ਤੀਜਾ ਬਦਲ ਲਿਆਉਣਾ, ਇਹਦਾ ਮਤਲਬ ਤਾਂ ਸਿੱਧਾ ਹੀ ਹੈ ਕਿ ਪਾਰਟੀ ਬਦਲਣਗੇ। ਫਿਰ ਜੇ ਇੱਦਾਂ ਹੀ ਹੈ, ਫਿਰ ਅਸਤੀਫਾ ਦੇ ਕੇ ਨਵੀਂ ਪਾਰਟੀ ਬਣਾ ਕੇ ਦੁਬਾਰਾ ਜਿੱਤੋ, ਖੁਦ ਮੁਖਤਿਆਰੀ ਕਰੋ, ਤੁਹਾਨੂੰ ਕੋਈ ਚੂ ਨਹੀਂ ਕਰਦਾ। ਆਮ ਆਦਮੀ ਪਾਰਟੀ ਦਾ ਨਿਸ਼ਾਨ ਮੋੜ ਲਓ। ਸਵਾਲ ਇੱਕੋ ਹੀ ਪੁੱਛਾਂਗੇ, ਭਗਵੰਤ ਮਾਨ ਦੇ ਖੁਲਾਸਿਆਂ 'ਚ ਆਪ ਦੀ ਡੈਮੋਕਰੇਸੀ ਦਾ ਕੀ ਕੁਛ ਬੇਨਕਾਬ ਹੋਇਆ? ਇਸੇ ਸਵਾਲ 'ਤੇ ਚਰਚਾ ਕਰਾਂਗੇ। ਖਾਸ ਪੈਨਲ ਸਾਡੇ ਨਾਲ ਇੱਥੇ ਪਹੁੰਚ ਚੁੱਕਿਆ ਸਟੂਡੀਓ ਦੇ ਵਿੱਚ, ਉਹਨਾਂ ਦਾ ਤੁਹਾਡਾ ਤਰਫ ਕਰਾ ਰਿਹਾ।
ਤਰਲੋਚਨ ਸਿੰਘ ਸੀਨੀਅਰ ਪੱਤਰਕਾਰ ਨੇ ਆਮ ਆਦਮੀ ਪਾਰਟੀ ਨੂੰ ਲੰਬੇ ਸਮੇਂ ਤੋਂ ਕਵਰ ਕਰਦੇ ਪਏ ਆ। ਤਰਲੋਚਨ ਸਿੰਘ ਦੀ ਕਲਮ ਦਾ ਸਫ਼ਰ ਤਾਂ ਬਹੁਤ ਲੰਬਾ ਹੈਗਾ, ਪਰ ਆਮ ਆਦਮੀ ਪਾਰਟੀ ਦਾ ਸਫ਼ਰ ਬਹੁਤ ਛੋਟਾ ਹੈਗਾ। ਇਹ ਕਹਿੰਦੇ ਮੇਰੀਆਂ ਉਂਗਲੀਆਂ ਥੱਕ ਗਈਆਂ, ਵਿੰਗੀਆਂ ਹੋ ਗਈਆਂ, ਉਂਗਲੀਆਂ ਲਿਖਦੇ ਲਿਖਦੇ, ਪਰ ਆਮ ਆਦਮੀ ਪਾਰਟੀ ਸਿੱਧੀ ਨਹੀਂ ਹੋਈ। ਤਰਲੋਚਨ ਸਿੰਘ ਤੁਹਾਡਾ ਬਹੁਤ ਸਵਾਗਤ ਹੈ। ਜਸਟੇਸ ਸਿੰਘ ਆਮ ਆਦਮੀ ਪਾਰਟੀ ਤੋਂ, ਜਸਟੇਸ ਸਿੰਘ ਲਈ ਡਿਬੇਟ ਔਖੀ ਹੈ, ਪਹਿਲੇ ਦੱਸ ਦਿੰਦਾ, ਹੁਣ ਪਤਾ ਨਹੀਂ ਜਸਟੇਸ ਸਿੰਘ ਕਿਹੜੇ ਧੜੇ ਵੱਲੋਂ ਆਏ, ਇਹਨਾਂ ਤੋਂ ਪੁੱਛੂੰਗਾ ਜ਼ਰੂਰ। ਕਿੰਗਰਾ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਇਹ ਐਚ ਐਸ ਹਰਦੀਪ ਸਿੰਘ ਕਿੰਗਰਾ ਆਮ ਆਦਮੀ ਪਾਰਟੀ 'ਚ ਪਹਿਲਾਂ ਰਹੇ ਆ, ਹੁਣ ਕਾਂਗਰਸ ਵਿੱਚ ਆ। ਹਰਦੀਪ ਸਿੰਘ ਕਿੰਗਰਾ ਤੁਹਾਡਾ ਬਹੁਤ ਸਵਾਗਤ ਹੈ। ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਜੰਗਵੀਰ ਸਿੰਘ ਉਹਨਾਂ ਨੇ ਹਜੇ ਆਉਣਾ, ਉਹਨਾਂ ਦਾ ਜਦੋਂ ਆ ਜਾਣਗੇ ਸਵਾਗਤ ਕਰ ਦੇਵਾਂਗੇ। ਤਰਲੋਚਨ ਸਿੰਘ ਲਾਲੀ ਇਹ ਵੀ ਆਮ ਆਦਮੀ ਪਾਰਟੀ 'ਚ ਪਹਿਲਾਂ ਰਹੇ ਆ, ਹੁਣ ਸੁੱਚਾ ਸਿੰਘ ਛੋਟਾ ਪੁਰਖਰਾਂ ਦੇ ਨਾਲ ਆਪਣਾ ਪੰਜਾਬ ਪਾਰਟੀ ਇਹਨਾਂ ਨੇ ਬਣਾਈ ਆ ਅਤੇ ਇਹ ਵੀ ਮਤੇ ਪਾਸ ਕਰਦੇ ਹੈਗੇ ਆ। ਤਰਲੋਚਨ ਸਿੰਘ ਜੀ, ਲਾਲੀ ਜੀ ਤੁਹਾਡਾ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾਂ ਜਸਟੇਸ ਸਿੰਘ ਸਵਾਲ ਤੁਹਾਨੂੰ ਕਰਨਾ ਚਾਹੁੰਦਾ। ਜਸਟੇਸ ਸਿੰਘ ਜੀ, ਤੁਸੀਂ ਹਮੇਸ਼ਾ ਕਹਿੰਦੇ ਹੋ, ਆਮ ਆਦਮੀ ਪਾਰਟੀ ਹਮੇਸ਼ਾ ਕਹਿੰਦੀ ਹੈ ਸਭ ਮਿਲੇ ਹੋਏ ਆ ਜੀ, ਅਤੇ ਅੱਜ ਭਗਵੰਤ ਮਾਨ ਨੇ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਦੇ ਵਿੱਚ ਮੋਦੀ ਸਾਹਿਬ ਦੀ ਰੂਹ ਨਜ਼ਰ ਆਉਂਦੀ ਹੈ। ਤੁਹਾਨੂੰ ਤਾਂ ਮੋਦੀ ਸਾਹਿਬ ਚਲਾ ਰਹੇ ਸੀਗੇ, ਤਾਂ ਹੀ ਪਾਰਟੀ ਇੱਦਾਂ ਹੋ ਰਹੀ ਹੈ। ਪਹਿਲਾਂ ਤਾਂ ਮੈਂ ਤੁਹਾਡੇ ਸਵਾਲ ਦਾ ਜਵਾਬ ਦੇ ਦਾਂ ਕਿ ਵੀ ਡਿਬੇਟ ਜਿੰਨੀ ਮਰਜ਼ੀ ਔਖੀ ਹੋਵੇ, ਬਸ ਬੋਲਣ ਦਾ ਮੌਕਾ ਪੂਰਾ ਮਿਲਣਾ ਚਾਹੀਦਾ। ਤੁਸੀਂ ਕਿਹੜੇ ਧੜੇ ਵੱਲੋਂ, ਚਲੋ ਇਹ ਵੀ ਦੱਸ ਦਿਓ। ਇਹ ਵੀ ਤੁਹਾਨੂੰ ਪਤਾ ਹੀ ਹੈ। ਨਹੀਂ ਮੈਨੂੰ ਨਹੀਂ ਪਤਾ ਨਾ, ਦਰਸ਼ਕ ਜਾਣਾ ਚਾਹੁੰਦੇ ਆ। ਮੈਂ ਮੈਂ ਕੇਜਰੀਵਾਲ ਦੇ ਧੜੇ ਦਾ, ਠੀਕ ਹੈ। ਜਦ ਤੱਕ ਕੋਈ ਕੇਜਰੀਵਾਲ ਨਾਲ ਖੜਾ ਹੋਏਗਾ, ਮੈਂ ਉਹਦੇ ਨਾਲ ਖੜਾ ਹੋਊਗਾ। ਜਦੋਂ ਜਿਸ ਦਿਨ ਬੰਦਾ ਕੇਜਰੀਵਾਲ ਨੂੰ ਛੱਡ ਦੇਗਾ, ਉਸ ਦਿਨ ਮੈਂ ਉਸ ਬੰਦੇ ਨੂੰ ਛੱਡ ਦੂੰਗਾ। ਠੀਕ ਹੈ, ਤੁਸੀਂ ਕੇਜਰੀਵਾਲ ਧੜੇ ਦੇ ਨਾਲ। ਬਿਲਕੁਲ। ਹੁਣ ਇਹਦੇ 'ਚ ਦੇਖੋ, ਅੱਜ ਜੋ ਭਗਵੰਤ ਮਾਨ ਜੀ ਨੇ ਗੱਲਾਂ ਕੀਤੀਆਂ, ਇੱਕ ਇੱਕ ਬਹੁਤ ਹੀ ਗੰਦੀ ਸਾਜਿਸ਼ ਨੂੰ ਬੇਨਕਾਬ ਅਤੇ ਬੇਸ਼ਰਮ ਕੀਤਾ ਅੱਜ ਇਹਨਾਂ ਨੇ, ਠੀਕ ਹੈ ਨਾ। ਜੋ ਜਿਸ ਪਾਰਟੀ ਨੇ ਖਹਿਰਾ ਸਾਹਿਬ ਅਤੇ ਕੰਵਰ ਸੰਧੂ ਨੂੰ ਬਣਾਇਆ, MLA ਬਣਾਇਆ, ਉਸੇ ਪਾਰਟੀ ਨੂੰ ਇਹਨਾਂ ਲੋਕਾਂ ਨੇ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ। ਪਾਰਟੀ ਨੇ ਬਣਾਇਆ, ਲੋਕਾਂ ਨੇ ਬਣਾਇਆ, ਪਾਰਟੀ ਦੀ ਟਿਕਟ 'ਤੇ ਲੜੇ ਸੀਗੇ ਨਾ ਸਰ, ਅਤੇ ਪਾਰਟੀ ਨੂੰ ਲੋਕਾਂ ਨੇ ਦਿੱਤੇ ਹੀ ਆ ਨਾ ਵੋਟਾਂ, ਠੀਕ ਹੈ ਨਾ। ਦੇਖੋ, ਬਹੁਤ ਬਹੁਤ ਅਫਸੋਸ ਹੁੰਦਾ, ਤੁਸੀਂ ਕਹਿੰਦੇ ਨਾ ਤੁਹਾਡੇ ਦੀ ਗੱਲ, ਮੈਂ ਉਹੀ ਹਾਂ ਜਿਹੜਾ ਤੁਹਾਡੇ ਨਾਲ ਲੜ ਕੇ ਜਦੋਂ FIR ਹੋਈ ਸੀਗੀ ਇਹਨਾਂ ਦੇ ਖਿਲਾਫ, ਸੁਖਪਾਲ ਖਹਿਰਾ ਜੀ ਦੇ ਖਿਲਾਫ, ਅਤੇ ਮੈਂ ਤੁਹਾਡੇ ਨਾਲ ਲੜ ਲੜ ਕੇ ਇਸੇ ਡਿਬੇਟ ਦੇ ਉੱਪਰ ਮੈਂ ਉਹਨਾਂ ਨੂੰ ਡਿਫੈਂਡ ਕਰਦਾ ਰਿਹਾ, ਠੀਕ ਹੈ ਨਾ। ਅੱਜ ਅਫਸੋਸ ਹੋ ਰਿਹਾ? ਅਫਸੋਸ ਮੇਰਾ ਤਾਂ ਮਤਲਬ ਅੱਜ ਜੇ ਭਗਵੰਤ ਮਾਨ ਜੀ ਦੀ PC ਤੋਂ ਪਹਿਲਾਂ ਤੱਕ ਮੈਨੂੰ ਤਾਂ ਇਹ ਲੱਗ ਰਿਹਾ ਸੀ ਵੀ ਮੈਂ ਕਿੱਥੇ ਮਤਲਬ ਡੁੱਬਾਂ ਜਾ ਕੇ। ਜੋ ਸੁਖਪਾਲ ਖਹਿਰਾ ਨੇ ਕੀਤਾ ਇਸ ਪਾਰਟੀ ਦੇ ਨਾਲ, ਜੋ ਇਹ ਪੰਜਾਬੀਅਤ ਦੇ ਨਾਮ 'ਤੇ ਲੋਕਾਂ ਨੂੰ ਇੱਕ ਕੁਰਾਹੇ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਦੇਖੋ, ਰਿਲੀਜਨ ਬੇਸਡ ਪੋਲੀਟਿਕਸ, ਠੀਕ ਹੈ, ਐਂਡ ਸੂਬਾ ਬੇਸਡ ਪੋਲੀਟਿਕਸ, ਉਹਦੇ ਨਾਮ 'ਤੇ ਤੁਸੀਂ ਵੋਟਾਂ ਮੰਗ ਲਓ, ਠੀਕ ਹੈ, ਪਰ ਉਹਦੇ ਨਾਮ 'ਤੇ ਲੋਕਾਂ ਨੂੰ ਤੁਸੀਂ ਉਕਸਾਓ। ਦੇਖੋ, ਬਹੁਤ ਲੁਭਾਵਨੀ ਪੋਲੀਟਿਕਸ ਹੁੰਦੀ ਹੈ, ਠੀਕ ਹੈ ਨਾ। ਮੋਦੀ ਜੀ ਵੀ ਇਹੀ ਕਰਦੇ ਆ, ਠੀਕ ਹੈ ਨਾ, ਕਿ ਵੀ ਰਿਲੀਜਨ ਦੇ ਨਾਮ 'ਤੇ ਪੂਰਾ ਲੋਕਾਂ ਨੂੰ ਉਕਸਾਉਂਦੇ ਆ। ਯਾਨੀ ਕਿ LOP ਦੇ ਉਹਦੇ 'ਤੇ ਮੋਦੀ ਰੂਹ ਕੰਮ ਕਰਦੀ ਪਈ ਸੀ। ਮੈਂ ਬਿਲਕੁਲ, ਮੈਂ ਉਹੀ ਕਹਿ ਰਿਹਾ ਨਾ ਕਿ ਵੀ ਲੁਭਾਵਨੀ ਤਾਂ ਬਹੁਤ ਹੁੰਦੀ ਹੈ ਪੋਲੀਟਿਕਸ 'ਤੇ, ਪਰ ਇਹ ਬਹੁਤ ਕੋਝੀ ਰਾਜਨੀਤੀ ਸੀਗੀ। ਠੀਕ ਹੈ, ਹਰਦੀਪ ਸਿੰਘ ਕਿੰਗਰਾ, ਭਗਵੰਤ ਮਾਨ ਹਰਨ ਜਿਹੜੇ ਖੁਲਾਸੇ ਕੀਤੇ ਹੈਗੇ ਅੱਜ, ਉਹਦੇ ਵਿੱਚ ਆਪ ਦੀ ਡੈਮੋਕ੍ਰੇਸੀ ਦਾ ਕੀ ਕੁਛ ਬੇਨਕਾਬ ਹੋਇਆ? ਮੈਂ ਤਾਂ ਤੁਹਾਡੇ ਤੋਂ ਸਵਾਲ ਇਹ ਲੈਣਾ ਕਿ ਵੀ ਮੈਂ ਪਹਿਲਾਂ ਥੋੜ੍ਹਾ ਜਿਹਾ ਇੱਕ ਜਵਾਬ ਦੇ ਦਿਆਂ। ਮੇਰੇ ਦੋਸਤ ਨੇ, ਆਮ ਆਦਮੀ ਪਾਰਟੀ ਦੇ ਜਿਹੜੇ ਇੱਥੇ ਬੁਲਾਰੇ ਨੇ, ਉਹਨਾਂ ਨੇ ਕਿਹਾ ਹੈਗਾ ਕਿ ਮੈਂ ਕੇਜਰੀਵਾਲ ਦੇ ਧੜੇ 'ਚੋਂ, ਧੜੇਬਾਜ਼ੀ ਤਾਂ ਮੰਨ ਲਈ। ਦੂਜੀ ਗੱਲ ਮੈਂ ਤੁਹਾਨੂੰ ਇੱਕ ਦੱਸਦਾ, ਸਿਆਸਤ ਪਿਛਲੇ ਤੁਸੀਂ 47 ਤੋਂ ਲੈ ਕੇ ਅੱਜ ਤੱਕ ਦੀ ਭਾਰਤ ਦੀ ਵੇਖ ਲਓ, ਇੰਨਾ ਅਨੁਸ਼ਾਸਨ ਅਤੇ ਇੰਨਾ ਇਨਡਿਸਿਪਲਨ ਕਿਸੇ ਪਾਰਟੀ ਨੇ ਅੱਜ ਤੱਕ ਬਰਦਾਸ਼ਤ ਨਹੀਂ ਕੀਤਾ। ਜੇ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਐਡੀ ਤਕੜੀ ਹੈ ਤਾਂ ਖਹਿਰੇ ਨੂੰ ਕੱਢ ਕਿਉਂ ਨਹੀਂ ਦਿੰਦੇ? ਐਡੀ ਕਿੱਡੀ ਗੱਲ, ਠੀਕ ਹੈ। ਇਹਦਾ ਮਤਲਬ ਕਿਤੇ ਨਾ ਕਿਤੇ ਕੋਈ ਗੱਲਾਂ ਹੋਰ ਵੀ ਹੋ ਸਕਦੀਆਂ ਨੇ। ਤੁਹਾਡੀ ਰਣਨੀਤੀ 'ਚ ਕਮੀ ਰਹੀ ਹੈ ਨਾ ਅੱਜ, ਕਿ ਇਲਜ਼ਾਮ ਤੁਹਾਡੇ 'ਤੇ ਲੱਗਦੇ ਪਏ, ਸੁਖਪਾਲ ਸਿੰਘ ਖਹਿਰਾ ਦਾ ਉਹਦਾ ਜੇ ਹਟਾਇਆ ਗਿਆ ਹੈ, ਉਹਨਾਂ ਨੂੰ ਉਹਦੇ ਤੋਂ ਹਟਾਇਆ ਗਿਆ ਤਾਂ ਕਾਂਗਰਸ ਦੀ ਰਣਨੀਤੀ ਸੀ? ਨਹੀਂ ਨਹੀਂ, ਅੱਜ ਸਿਰਫ ਇਹ ਕਹਿ ਲਓ ਵੀ ਡਾਂਗਾ ਨਹੀਂ ਸੀ ਕੋਲੇ, ਨਾਲੇ ਪ੍ਰੈਸ 'ਚ ਉਹ ਡਾਂਗਾ ਮਾਰੀ ਜਾਂਦੇ, ਉਹਨਾਂ ਦੇ ਉਹ ਡਾਂਗਾ ਮਾਰੀ ਜਾਂਦੇ, ਉਹਨਾਂ ਦੇ ਜਵਾਨ ਦੀਆਂ ਡਾਂਗਾ, ਉਹ ਡਾਂਗਾ ਫਿਜ਼ੀਕਲੀ, ਕਿਉਂਕਿ ਮਿਲੇ ਨਹੀਂ ਹੋ ਸਕਦੇ, ਜੇ ਫਿਜ਼ੀਕਲੀ ਹੋਣ ਤਾਂ ਡਾਂਗਾ ਵੀ ਮਾਰ ਸਕਦੇ ਹੈ। ਸੋ ਕੌਣ ਰੋਕਦਾ ਇਹਨਾਂ ਨੂੰ ਆਪਦਾ ਘਰ ਆਰਡਰ 'ਚ ਕਰਨ ਨੂੰ? ਇੱਥੋਂ ਪਤਾ ਲੱਗਦਾ ਹੈ ਕਿ ਇਹ ਜਿਹੜੀ ਪਾਰਟੀ ਦੇ ਵਿੱਚ ਕੋਈ ਜਿਹੜੇ ਸੂਝਵਾਨ ਲੋਕ ਨੇ, ਡਿਸਿਪਲਿਨ ਜ਼ੀਰੋ ਹੈ, ਕਰਪਸ਼ਨ ਅੱਬਲ ਦਰਜੇ ਦੀ ਹੈ। ਟਿਕਟਾਂ ਵੇਚਣ ਦੇ ਦੋਸ਼ ਮੈਂ ਨਹੀਂ ਲਾਏ, ਮੈਂ ਤਾਂ ਪਹਿਲਾਂ ਲਾਏ ਸੀਗੇ, ਅੱਜ ਤੋਂ 2 ਸਾਲ ਪਹਿਲਾਂ, ਉਦੋਂ ਕਿਸੇ ਨੇ ਵਿਸ਼ਵਾਸ ਨਹੀਂ ਕੀਤਾ। ਸਬੂਤ ਹੈਗੇ? ਹਾਂਜੀ ਸਬੂਤ ਹੈਗੇ, ਮੈਥੋਂ ਆਪ ਤੋਂ ਪੈਸੇ ਮੰਗੇ ਜਦੋਂ ਮੈਂ ਕਹੀ ਜਾਂਦਾ, ਸਬੂਤ ਕੀ ਲੈਣਾ ਸੀ? ਦੋ ਕਰੋੜ ਦੂਜੀ ਦਾ 3 ਕਰੋੜ, ਮੈਂ ਕਿਹਾ ਜੀ ਮੇਰੇ ਕੋਲ ਹੈ, ਮੈਂ ਤਾਂ ਵੀ ਨਹੀਂ ਦਿੰਦਾ। ਕਮਾਲ ਕਰ ਦਿਓ ਹਾਂਜੀ, ਛੱਡੋ, ਬਥੇਰੇ ਬੰਦੇ ਸੀ। ਬਹੁਤ ਵੱਡਾ ਬਿਆਨ ਦੇ ਰਹੇ ਹੋ ਤੁਸੀਂ ਇਹ। ਮੈਂ ਪ੍ਰੈਸ ਕਰ, ਤੈਨੂੰ ਜਦੋਂ ਤੂੰ ਹੁੰਦਾ ਸੀਗਾ ZTV 'ਚ ਉਦੋਂ ਵੀ ਦਿੱਤਾ ਮੈਂ ਬਿਆਨ ਇਹ,
ਤੈਨੂੰ ਭੁੱਲ ਗਿਆ? ਮੈਂ ਤਾਂ ਉਦੋਂ ਵੀ ਸਬੂਤ ਮੰਗਦਾ ਸੀ, ਹੁਣ ਹੀ ਮੰਗਦਾ ਨਹੀਂ ਤੇ ਸਬੂਤ ਇਹ ਨਾ ਕਰਦੇ ਰੱਖੋ ਨਾ, ਸਬੂਤ ਤਾਂ ਰੱਖਦੇ ਨਹੀਂ ਪਏ ਯਾਰ। ਆਮ ਆਦਮੀ ਪਾਰਟੀ ਨੇ ਕਿਹਾ ਸਬੂਤ ਰੱਖਣੇ ਨਹੀਂ ਗਏ, ਸੁੱਤੇ ਸਿੰਘ ਛੋਟੇ ਪੁੱਲ ਬਾਹਰ ਕੱਢਿਆ ਆਉਂਦਾ ਕੋਈ ਸਬੂਤ ਰੱਖਿਆ? ਨਹੀਂ ਨਹੀਂ, ਸੁਣ ਲਓ ਗੱਲ ਮੇਰੀ, ਮੈਂ ਤੁਹਾਨੂੰ ਸਬੂਤ ਵੀ ਦਿੱਤੇ ਸੀ ਮੇਰੇ ਕੋਲੇ, ਅੱਜ ਵੀ ਉਹ ਆਡੀਓ ਰਿਕਾਰਡਿੰਗ ਵੀ ਜਿੱਥੇ ਕਿਹਾ ਵੀ 5 ਲੱਖ ਰੁਪਇਆ ਮਹੀਨਾ ਤੁਸੀਂ ਦਿਓ, ਉਹ ਆਡੀਓ ਰਿਕਾਰਡਿੰਗ ਅੱਜ ਵੀ ਮੇਰੇ ਕੋਲੇ ਆ। ਮੈਂ ਪ੍ਰੈਸ ਕਾਨਫਰੰਸ ਚੰਡੀਗੜ੍ਹ ਕਲੱਬ 'ਚ ਦੱਸਿਆ ਸੀ ਕਿ ਇੱਕ ਬੰਦਾ ਕਹਿ ਰਿਹਾ ਕਿ 5 ਲੱਖ ਰੁਪਇਆ ਤੁਸੀਂ ਮਹੀਨਾ ਦਿੰਦੇ ਰਹੋ ਤੇ ਦੁਰਗੇਸ਼ ਪਾਠਕ ਨੂੰ ਮਿਲਦੇ ਰਹੋ। ਤੇ ਰਾਜੀ ਦੇ ਦੇਣਾ ਵੀਡੀਓ, ਤੁਸੀਂ ਕੋਈ ਕੇਸ ਦਰਜ ਕਰਵਾਇਆ ਮੇਰੇ ਕਾਹਦੇ ਵਾਸਤੇ? ਮੈਂ ਕੇਸ ਦਰਜ ਕਰਾਉਂਦਾ ਫਿਰ? ਮੈਨੂੰ ਕੀ ਲੋੜ ਹੈ ਜਿਹੜੀ ਬਿਨਾਂ ਫਾਊਂਡੇਸ਼ਨ ਤੋਂ ਕੋਈ ਚੀਜ਼ ਖੜੀ ਸੀ ਡਿੱਗ ਪਈ ਉਹ? ਮੈਂ ਦਿੰਦਾ ਥੋੜੀ ਆ ਪੈਸੇ, ਮੈਂ ਕਿੱਥੋਂ ਦੇਣੇ ਸੀ? ਸੋ ਇਸ ਕਰਕੇ ਇਹ ਨਾਲੇ ਮੈਂ ਨਹੀਂ ਇਲਜ਼ਾਮ ਲਾਏ, ਹੁਣ ਤਾਂ ਸਾਰੇ ਇਲਜ਼ਾਮ ਲਾ ਰਹੇ ਆ। ਸੁਖਪਾਲ ਖਹਿਰਾ ਵੀ ਲਾ ਰਿਹਾ, ਕਮਰ ਸੰਧੂ ਵੀ ਲਾ ਰਿਹਾ, 50 ਟਿਕਟਾਂ ਵੇਚੀਆਂ ਉਹ ਟਿਕਟਾਂ। ਇਹ ਜੇ ਤਾਂ ਮੈਂ ਇਲਜ਼ਾਮ ਲਾਵਾਂ ਤਾਂ ਫਿਰ ਤਾਂ ਤੁਸੀਂ ਕਹਿ ਸਕਦੇ ਹੋ ਕਿ ਤਾਂ ਕਾਂਗਰਸ ਦੀ ਪਾਰਟੀ ਦਾ ਬੰਦਾ ਇਲਜ਼ਾਮ ਲਾ ਰਿਹਾ, ਇਹ ਤਾਂ ਆਪਦਾ ਘਰ ਨਿਬੇੜਨ ਜਦੋਂ ਕਰਦੇ ਹੀ ਕਹਿੰਦੇ ਸਾਡੀ। ਚਲੋ ਠੀਕ ਹੈ, ਤੋਂ ਵਾਪਸ ਆਵਾਂਗੇ। ਆਪ ਦੀ ਡੈਮੋਕ੍ਰੇਸੀ ਵਿੱਚ ਅਗਲੀ ਰੈਲੀ ਕਦੋਂ ਹੋਵੇਗੀ? ਸਵਾਲ ਬਹੁਤ ਮਹੱਤਵਪੂਰਨ ਹੈਗਾ। ਪੰਜਾਬ ਆਪ ਨੂੰ ਚਾਹੀਦਾ ਕੀ ਹੈ? ਸੁੱਖ ਜਮਾਨ। ਭਗਵੰਤ ਮਾਨ ਦੇ ਖੁਲਾਸਿਆਂ ਵਿੱਚ ਆਪ ਦੀ ਡੈਮੋਕ੍ਰੇਸੀ ਦਾ ਕੀ ਕੁਝ ਬੇਨਕਾਬ ਹੋਇਆ? ਤਰਲੋਚਨ ਸਿੰਘ ਜੀ, ਕੀ ਕੁਝ ਬੇਨਕਾਬ ਹੋਇਆ? ਤੁਸੀਂ ਉਸ ਪ੍ਰੈਸ ਕਾਨਫਰੰਸ ਵਿੱਚ ਸੀਗੇ, ਤੁਸੀਂ ਸਵਾਲ ਜਵਾਬ ਵੀ ਕਰ ਰਹੇ ਸੀਗੇ। ਕਿਉਂਕਿ ਜੀ ਪਹਿਲੀ ਗੱਲ ਤਾਂ ਇਹ ਹੈ ਵੀ ਮੈਂ ਪਹਿਲੇ ਦਿਨ ਤੋਂ ਕਹਿ ਰਿਹਾ ਵੀ ਜਿਹੜੀ ਦਿੱਲੀ ਹਾਈ ਕਮਾਂਡ ਆ ਉਹ ਦਲਿਤ ਪੱਤਾ ਚਲਾ ਕੇ ਖਹਿਰਾ ਸਾਹਿਬ ਤੋਂ ਖਹਿੜਾ ਛੁਡਾ ਰਹੀ ਸੀ, ਅਤੇ ਖਹਿਰਾ ਸਾਹਿਬ ਜਿਹੜੇ ਨੇ ਇਹ ਵੀ ਬਹੁਤ ਸਿਆਸਤ ਦੇ ਧਣੀ ਨੇ। ਇਹਨਾਂ ਨੇ ਮੌਕਾ ਦੇਖ ਲਿਆ ਅਤੇ ਇਹਨਾਂ ਨੇ ਪੰਜਾਬੀਅਤ ਦਾ ਪੱਤਾ ਸ਼ੁਰੂ ਕਰਤਾ। ਇਹ ਪੰਜਾਬੀਅਤ ਦਾ ਪੱਤਾ ਜਿਹੜਾ ਸੀ, ਪੰਜਾਬ ਦੇ ਲੋਕ ਬੜੇ, ਮੈਂ ਭੋਲੇ ਵੀ ਨਹੀਂ ਕਹੂੰਗਾ, ਬੜੇ ਭਾਵਕ ਨੇ। ਜਦੋਂ ਪੰਜਾਬੀਅਤ ਦੀ ਗੱਲ ਹੁੰਦੀ ਹੈ ਨਾ, ਕੋਈ ਵੀ ਤੀਜਾ ਬੰਦਾ ਨਾਰਾ ਲਾ ਜਾਏ ਤਾਂ 4 ਬੰਦੇ ਉਹਨਾਂ ਲੱਗ ਜਾਂਦੇ ਆ। ਸੋ ਇਹ ਜਿਹੜਾ ਨਾਰਾ ਲੱਗਾ ਸੀ ਔਰ ਉਹ ਨਾਰੇ ਨਾਲ ਕੁਛ ਪੰਜਾਬੀਅਤ ਤੋਂ ਭਾਵਕ ਲੋਕ ਜੁੜ ਗਏ ਖਹਿਰਾ ਸਾਹਿਬ ਦੇ, ਅਤੇ ਕੁਛ ਕੁਦਰਤੀ ਅੱਜ ਤੱਕ ਪੈਨਲ ਵੀ ਬੜਾ ਕਮਾਲ ਦਾ ਆਪਣਾ, ਇਹਨਾਂ ਸਾਰਿਆਂ ਨੇ ਆਮ ਆਦਮੀ ਪਾਰਟੀ ਹੰਢਾਈ ਹੈ, ਇਹ ਪਾਰਟੀ 'ਚ ਨੇ, ਉਹ ਪਾਰਟੀ 'ਚੋਂ ਬਾਹਰ ਆਏ ਨੇ, ਉਹ ਵੀ ਪਾਰਟੀ 'ਚ ਬਾਹਰ ਆਏ ਨੇ। ਸੋ ਬਹੁਤ ਹਜ਼ਾਰਾਂ ਜਿਹੜੇ ਵਲੰਟੀਅਰ ਨੇ ਆਮ ਆਦਮੀ ਪਾਰਟੀ ਤੋਂ ਵਿਕਟਮ ਕਹਿ ਲਈਏ, ਪਰੇਸ਼ਾਨ ਕਹਿ ਲਈਏ, ਜਦੋਂ ਉਹਨਾਂ ਨੂੰ ਇੱਦਾਂ ਦੀ ਆਵਾਜ਼ ਮਿਲਦੀ ਹੈ ਗਾਲਾਂ ਕੱਢਣ ਲਈ ਕੇਜਰੀਵਾਲ ਨੇ ਕਿਸੇ ਨੂੰ, ਤਾਂ ਉਹ ਫਿਰ ਉੱਥੇ ਇਕੱਠੇ ਹੋ ਜਾਂਦੇ ਆ, ਕਈ ਫਰੰਟ ਬਣੇ। ਇਹ ਗੱਲ ਪਰੇਸ਼ਾਨ ਕਰ ਰਹੀ ਸੀ ਦਿੱਲੀ ਵਾਲਿਆਂ ਨੂੰ, ਖਹਿਰਾ ਸਾਹਿਬ ਦਾ ਪੰਜਾਬੀਅਤ ਦਾ ਪੱਤਾ ਚੱਲ ਰਿਹਾ ਸੀ। ਉਸ ਪੱਤੇ ਨੂੰ ਕਾਟ ਕਰਨ ਲਈ ਮੈਨੂੰ ਲੱਗਦਾ ਦਿੱਲੀ 'ਚ ਖਿਚੜੀ ਰਿੱਝ ਰਹੀ ਸੀ ਪਿਛਲੇ ਦਿਨਾਂ 'ਚ, ਅਤੇ ਡਾਕਟਰ ਬਲਬੀਰ ਸਿੰਘ ਪੰਜਾਬ ਦੀ ਅਗਵਾਈ ਕਰ ਰਹੇ ਆ। ਉਹ ਲੱਗਦਾ ਇਹ ਸੀ ਵੀ ਉਹ ਖਹਿਰਾ ਸਾਹਿਬ ਦਾ ਕੱਦ ਇੰਨਾ ਵੱਡਾ, ਜੇ ਉਹ ਕੋਈ ਗੱਲ ਕਰਦੇ ਵੀ ਹੈ ਤਾਂ ਖਹਿਰਾ ਖਾਰ ਸਾਹਿਬ 'ਤੇ ਉਨੀ ਕਾਟ ਨਹੀਂ ਕਰਦੇ। ਉਸ ਪਰੇਸ਼ਾਨੀ ਨੂੰ ਦੂਰ ਕਰਨ ਲਈ ਮੈਨੂੰ ਦਿੱਲੀ ਦੀ ਹਾਈ ਕਮਾਂਡ ਨੇ, ਭਾਵੇਂ ਅੱਜ ਭਗਵੰਤ ਮਾਨ ਹੁਣਾਂ ਨੇ ਕਿਹਾ ਵੀ ਮੈਂ ਹਾਲੇ ਉਹਦਾ ਵਾਪਸ ਨਹੀਂ ਲਿਆ, ਪਰ ਮੇਰੀ ਸਮਝ ਕਹਿੰਦੀ ਵੀ ਉਹਦਾ ਵਾਪਸ ਲੈ ਲਿਆ, ਕਿਸੇ ਵੇਲੇ ਵੀ ਉਹਨਾਂ ਨੂੰ ਪ੍ਰਧਾਨ ਦੁਬਾਰਾ ਡਿਕਲੇਅਰ ਕੀਤਾ ਜਾ ਸਕਦਾ, ਵੈਸੇ ਤਾਂ ਉਹ ਪ੍ਰਧਾਨ ਹੀ ਨੇ, ਅਸਤੀਫਾ ਪ੍ਰਵਾਨ ਨਹੀਂ ਕੀਤਾ। ਸੋ ਉਹ ਜਿਹੜਾ ਖਹਿਰਾ ਸਾਹਿਬ ਦਾ ਅਤੇ ਆਪਣੇ ਕੰਵਰ ਸੰਧੂ ਹੋਣਾ ਦਾ ਪੰਜਾਬ ਦਾ ਪੱਤਾ ਚੱਲ ਰਿਹਾ ਸੀ, ਉਸ ਪੱਤੇ ਨੂੰ ਵੱਢਣ ਲਈ ਅੱਜ ਭਗਵੰਤ ਮਾਨ ਜਿਹੜਾ ਮੀਡੀਆ ਦੇ ਸਾਹਮਣੇ ਆਇਆ। ਔਰ ਭਗਵੰਤ ਮਾਨ ਬਹੁਤ ਵੱਡਾ ਕਲਾਕਾਰ ਵੀ ਹੈ, ਔਰ ਭਗਵੰਤ ਮਾਨ ਨੇ ਕਹਿ ਸਕਦੇ ਹਾਂ ਵੀ ਅੱਜ ਜਿਹੜਾ ਇੱਕ ਖੜਾ ਕੀਤਾ ਸੀ ਭਾਪਕਾ ਦਾ ਪਹਾੜ ਖਹਿਰਾ ਗਰੁੱਪ ਵੱਲੋਂ, ਉਹਨੂੰ ਕਾਫੀ ਹੱਦ ਤੱਕ ਢਾਹ ਲਾਉਣ 'ਚ ਕਾਮਯਾਬ ਹੋਏ ਨੇ। ਇੱਕ ਹੋਰ ਸਵਾਲ ਹੋਰ ਜ਼ਰੂਰ ਲੈਣਾ ਤਰਲੋਚਨ ਸਿੰਘ ਜੀ, ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਵੀ ਢਾਹ ਲਾਉਣ ਵਿੱਚ ਕਾਮਯਾਬ ਹੋਏ, ਇੱਕ ਮੀਥੇਰ ਉਹਨੇ ਨਾਲ ਸੀਗੇ, ਉਹਨਾਂ ਨੇ ਇੱਕ ਬੜੀ ਇੰਪੋਰਟੈਂਟ ਗੱਲ ਕੀ ਹੈ ਕਿ ਕਮਰ ਸੰਧੂ ਨੇ ਕਿਹਾ ਕਿ ਮੈਨੂੰ LOP ਲਾ ਦਿਓ, ਖਹਿਰੇ ਨੂੰ ਆਪੇ ਸਾਂਭ ਲੂੰਗਾ। ਇਸ ਗੱਲ ਦਾ ਮਤਲਬ ਕੀ ਹੈ? ਇਹ ਬਹੁਤ ਵੱਡਾ ਉਹਨਾਂ ਖੁਲਾਸਾ ਕੀਤਾ, ਹਾਲੇ ਉਹ ਮੈਂ ਉੱਥੇ ਹੀ ਆਉਣ ਲੱਗਾ ਸੀ। ਮੀਥੇਰ ਮੇਰੀ ਸਮਝ ਮੁਤਾਬਕ ਬੜਾ ਸੰਜੀਦਾ ਬੰਦਾ ਆ, ਉਹ ਅਸਲ 'ਚ ਭਗਵੰਤ ਮਾਨ ਤੋਂ ਪਹਿਲਾਂ ਦਾ ਪਾਰਟੀ 'ਚ ਹੈ, ਔਰ ਰਾਮਲੀਲਾ ਗਰਾਊਂਡ ਦਾ ਉਹਦੀ ਕ੍ਰੀਏਸ਼ਨ ਹੋਈ ਹੈ ਜਦੋਂ ਅੰਨਾ ਹਜ਼ਾਰੇ ਹੋਣਾ ਮੂਵਮੈਂਟ ਚਲਾਈ ਸੀ। ਉਹ ਬੜਾ ਚੁੱਪ ਰਹਿੰਦਾ, ਔਰ ਇਹ ਖਾਸ ਕਰਕੇ ਸੁਖਪਾਲ ਖਹਿਰੇ ਹੋਣਾ ਦਾ ਬਹੁਤ ਨਜ਼ਦੀਕੀ ਮੰਨਿਆ ਜਾਂਦਾ ਸੀ। ਜਿਹੜੀ ਪ੍ਰੈਸ ਕਾਨਫਰੰਸ ਸੀ ਉਹਨਾਂ ਦੇ ਸੱਜੇ ਪਾਸੇ ਮੀਥੇਰ ਬੈਠਦਾ ਸੀ, ਔਰ ਉਹ ਨਾ ਮੀਡੀਆ ਦਾ ਭੁੱਖਾ ਲੱਗਦਾ, ਨਾ ਉਹਨੂੰ ਹੁੰਦਾ ਵੀ ਮੇਰੀ ਫੋਟੋ ਆਵੇ, ਆਮ ਲੀਡਰਾਂ ਵਾਂਗ ਸਿਰ ਅੱਗੇ ਕਰਦਾ। ਉਹਨੇ ਅੱਜ ਬਹੁਤ ਵੱਡਾ ਇਹ ਖੁਲਾਸਾ ਕੀਤਾ ਵੀ ਸਿਸੋਦੀਆ ਸਾਹਿਬ ਕੋਲ ਜਾ ਕੇ ਜਾਂ ਫੋਨ 'ਤੇ ਜੋ ਵੀ ਹੈ, ਕੰਵਰ ਸੰਧੂ ਹੋਣਾਂ ਨੇ ਇਹ ਗੱਲ ਕਹੀ ਹੈ ਵੀ ਮੈਨੂੰ ਬਣਾ ਦਿਉ ਵਿਰੋਧੀ ਧਿਰ ਦਾ ਲੀਡਰ, ਖਹਿਰੇ ਨੂੰ ਮੈਂ ਆਪੇ ਸਾਂਭ ਲੂੰਗਾ, ਇਹ ਗੱਲ ਕਹੀ ਹੈ। ਇਹਦਾ ਵੀ ਅਗਲੇ ਦਿਨਾਂ 'ਚ ਕਾਫੀ ਚਰਚਾ ਚੱਲੇਗੀ। ਸੋ ਇਸ ਤੋਂ ਇਹ ਗੱਲ ਜਾਪਦੀ ਹੈ, ਜਾਂ ਦਿੱਲੀ ਵਾਲਿਆਂ ਨੇ ਜਾਂ ਭਗਵੰਤ ਮਾਨ ਨੇ ਜਿਹੜੇ ਖੁਲਾਸੇ ਕਈ ਕੀਤੇ ਨੇ, ਕਈ ਗੱਲਾਂ ਦੇਖੋ ਜਿਹੜੀ ਮੈਂ ਆਪ ਨਹੀਂ ਮੰਨਦਾ ਇਸ ਗੱਲ ਨੂੰ,
मैं दिल्ली पंजाब का मैं भी नहीं मुद्दा मानता बतौर जर्नलिस्ट क्योंकि तो लड़ाई तो हैगी 20 एमएलए की ठीक है कुर्सी की लड़ाई है कुर्सी की लड़ाई कुर्सी की लड़ाई तनुजन लाली तुहानू की समझ आ रहा है कुर्सी लड़ाई है सारी पंजाबी है ते दलित वाले पत्ते ही सट्टे जा रहे हैं सिर्फ बेवकूफ बनाया जा रहा सही मायने च देखो ये पहला तो जो असी पार्टी के विच भी सी इस प्रकार के पत्ते पार्टी के लीडर पहला भी खेड़ दे रहे ने हुण इहदे विच किहड़ा रोल प्ले किया जा रहा एक लॉबी सी 15 या 16 बंदे ने इन्होंने पिछे इस्तीफा दिता सी जिस दिन खहरा साहब ने पहली प्रेस कॉन्फ्रेंस की थी, हाजर से बंदे जिन्हों कि ना कि जरा संजय सिंह राजसभा मैंबर पुश करता जे भी ये लड़ाई जी है मैं फिर बार बार कह रहा सिसोदिया संजय की लड़ाई भी हैगी उन्होंने चौधर की लड़ाई भी आ मोहरे बना बना वरते जा रहे मैं तो पहले ही कह रहा दो तीन धड़े पंजाब दे विच पैरल चल रहे हैं दूजी गल अज एक गल जिथे उन्हें बहुत वधिया गल्लां कीतियां भगवंत मान ने प्रेस कॉन्फ्रेंस के पर मैं अज उहदी राजनीतिक सूझ का दुआला निकलता भी वेख्या जदों ये गल कर रहा सी भी मलवई बहुत बींगे हुंदे ने ते उह दबाबियां दी गल कर रहा सी ये तो अजे दिल्ली पंजाब की जंग सी मैनूं तां ये लगता भी जिले वाइज ना बंट देण लोकां नूं भी असीं फतेहगढ़ साहब दे आं संगरूर दे जां पटियाले दे हैगे ने इह बड़ी मैनूं लगता भी बचकाना गल सी उहदे द्वारा कहणी खास करके स्टेट की प्रेस मूहरे इस प्रकार का एक्ट नहीं करना चाहिए सी पर मैं ओवरऑल जिहड़ा देखदा अजे भी जिहड़ा खहरा तड़ा किते ना किते पंजाब दी जिहड़ी आप दी नहीं किते ओह इह तां नहीं कहना चाहुंदे सी कि मालवे ने ही आम आदमी पार्टी नूं एमएलए दित्ते आ दुआबे नहीं दित्ते इह तां नहीं कहना चाहुंदे सी तो मैनूं लगदा भी समें तों पहलां कहना होवेगा इह समें दा वक्त हुंदा किस प्रकार दे हालात बणदे ने कित्थों बंदे जितदे ने आए तां हुण दुआबे चों भी दो जित गए ते साडे वाले फैक्टर करके माझा साफ हो गया लीडरां दा प्रेशर नहीं हुंदा अपना अपना इह सारीयां गल्लां जिहड़ियां कट्ठियां होके चल रहीयां पर इह जिहड़ी संजय सिंह वाली पॉलिटिक्स आ ਇਹ ਵੀ ਕਿਤੇ ਨਾ ਕਿਤੇ ਜਿਹੜੀ ਮੈਂ ਤੁਹਾਨੂੰ ਸਸੋਦੀਆ ਤੇ ਸੰਜੇ ਸਿੰਘ ਦੀ ਲੜਾਈ ਲੱਗਦੀ ਪਈ ਸਾਰੀ ਬਿਲਕੁਲ ਬਿਲਕੁਲ ਲੱਗਦੀ ਹੈ ਠੀਕ ਹਰਦੀਪ ਸਿੰਘ ਤੁਹਾਨੂੰ ਵੀ ਲੱਗਦੀ ਹੈ ਤੁਸੀਂ ਤਾਂ ਬਹੁਤ ਗੱਲਾਂ ਬਾਤਾਂ ਕਰਦੇ ਹੋ ਸਸੋਦੀਆ ਸਾਹਿਬ ਨਾਲ ਵੀ ਸੰਜੇ ਸਿੰਘ ਨਾਲ ਵੀ ਦੇਖੋ ਇਹ ਕਿਸੇ ਦੀ ਲੜਾਈ ਹੋਵੇ ਨਹੀਂ ਲੜਾਈ ਤੁਹਾਡੀ ਤਾਂ ਨਹੀਂ ਨਾ ਆਮ ਆਦਮੀ ਪਾਰਟੀ ਲੜਾਈ ਹੋਵੇ ਕਾਂਗਰਸ ਦੀ ਲੜਾਈ ਤਾਂ ਹੈਗੀ ਕਿਉਂਕਿ ਵਾਰ-ਵਾਰ ਇਲਜ਼ਾਮ ਲੱਗ ਰਹੇ ਹੈ ਕਿ ਤੁਸੀਂ ਕੋ ਵਿੱਚ ਕਾਲੇ ਪੈ ਗਏ ਨਹੀਂ ਹਰਦੀਪ ਸਿੰਘ ਦਾ ਸਵਾਲ ਇਹ ਹੈ ਕਿਉਂਕਿ ਤੁਹਾਡੀ ਪਾਰਟੀ ਦਾ ਇਲਜ਼ਾਮ ਹੈ ਕਿ ਤੁਹਾਡੇ ਤੇ ਆਮ ਆਦਮੀ ਪਾਰਟੀ ਦੇ ਵਿਚਾਲੇ ਸੁਖਪਾਲ ਸਿੰਘ ਖਹਿਰਾ ਅੜਿੱਕਾ ਸੀ ਐਵੇਂ ਕੋਈ ਐਡੀ ਗੱਲ ਨਹੀਂ ਹੈਗੀ ਹੈ ਨਾ ਇਹਦੇ 'ਚ ਕੋਈ ਐਡੀ ਵੱਡੀ ਸੱਚਾਈ ਹੈਗੀ ਹੈ ਇਹ ਸਾਰਾ ਕੁਝ ਸਾਹਮਣੇ ਆ ਜਾਊਗਾ ਆਮ ਆਦਮੀ ਪਾਰਟੀ ਦਾ ਜਿਹੜਾ ਭੋਗ ਪੈ ਗਿਆ ਹੁਣ ਦੇਖੋ ਤੁਸੀਂ ਜਿੰਨਾ ਮਰਜ਼ੀ ਜਦੋਂ ਰਜਾਈ ਪਾਠ ਜੇ ਨਾ ਤੇ ਉਹਨੂੰ ਟਾਕੀ ਵਾਲੀ ਰਜਾਈ ਕਹਿੰਦੇ ਜਿੰਨੀ ਮਰਜ਼ੀ ਚੰਗੀ ਤਰ੍ਹਾਂ ਸਿਉਂ ਲਓ ਇਹ ਰਜਾਈ ਦੇ ਟਾਕੀ ਲੱਗੀ ਔਰ ਟਾਕੀ ਵੀ ਵੱਡੀ ਲੱਗੀ ਭਰਾ ਹੋ ਗਿਆ ਰਜਾਈ ਹੈਗੀ ਤਾਂ ਨਾ ਰਜਾਈ ਦੇ ਕਰਕੇ ਭੋਗ ਪੈ ਗਿਆ ਰਜਾਈ ਚ ਭਰਾੜ ਹੋ ਗਿਆ ਟਾਕੀ ਲੱਗੀ ਰਜਾਈ ਚ ਭਰਾੜ ਹੋ ਗਿਆ ਟਾਕੀ ਲੱਗੀ ਕਿ ਖੁੱਲ ਭਰਾੜ ਹੋ ਗਿਆ ਤਾਂ ਲੱਗੀ ਨਹੀਂ ਟਾਕੀ ਕੋਸ਼ਿਸ਼ ਕਰੀ ਜਾਂਦੇ ਲਾਉਣ ਦੀ ਸੋ ਇਸ ਕਰਕੇ ਇਹਨਾਂ ਦਾ ਮੁੱਕ ਲਿਆ ਸਾਰਾ ਕੰਮ ਲਾਲਟਨ ਭਵੱਕੇ ਮਾਰਦੀ ਸੀ ਭਵੱਕਾ ਅਖੀਰਲਾ ਅੱਜ ਕਹਿੰਦੇ ਸੀ ਲੋਕੀ ਅਖੀਰਲਾ ਨੇਲ ਨਹਿਰ ਖਹਿਰੇ ਨੇ ਮਾਰਿਆ ਬਿਲਕੁਲ ਨਹੀਂ ਸੀ ਅੱਜ ਭਗਵੰਤ ਮਾਨ ਨੇ ਅਖੀਰਲਾ ਨੇਲ ਮਾਰਿਆ ਜੇ ਹੁਣ ਵੀ ਕਹਿਣ ਕਿ ਪਾਰਟੀ ਸਾਡੀ ਡਿਸਿਪਲਿਨ ਹੈ ਖਹਿਰਾ ਕਹੇ ਮੈਂ ਆਮ ਆਦਮੀ ਪਾਰਟੀ ਦਾ ਸਿਪਾਹੀ ਹਾਂ ਅਤੇ ਬਾਕੀ ਕਹਿਣ ਵੀ ਨਹੀਂ ਖਹਿਰਾ ਆਮ ਆਦਮੀ ਪਾਰਟੀ ਦਾ ਹੀ ਸਿਪਾਹੀ ਹੈ ਨਾਰਾਜ਼ ਹੈ ਅਤੇ ਫਿਰ ਭਲੇ ਮਾਨਸੋ ਇਹ ਤਾਂ ਸਿਪਾਹੀ ਜਦੋਂ ਆਪਦਿਆਂ 'ਤੇ ਗੋਲੀਆਂ ਚਲਾਉਣ ਲੱਗ ਜਦੋਂ ਫੌਜ ਕਿਵੇਂ ਜਿੱਤ ਸਕਦੀ ਹੈ ਉਹ ਫੌਜ ਦਾ ਖਾਤਮਾ ਹੋਣਾ ਜ਼ਰੂਰੀ ਹੈ ਜਸਦੇਵ ਸਿੰਘ ਇਹ ਖਤਮ ਹੋ ਗਿਆ ਕੰਮ ਠੀਕ ਹੈ ਜਸਦੇਵ ਸਿੰਘ ਇੱਕ ਤਾਂ ਪਹਿਲਾ ਸਵਾਲ ਇਹ ਸੀਗਾ ਕਿ ਮੋਦੀ ਦੀ ਰੂਹ ਤਾਂ ਨਹੀਂ ਕਿਤੇ ਸੁਖਪਾਲ ਸਿੰਘ ਖਹਿਰਾ ਵਿੱਚ ਭਗਵੰਤ ਮਾਨ ਨੇ ਵੀ ਕਿਹਾ ਇੱਕ ਭਗਵੰਤ ਮਾਨ ਨੇ ਵੀ ਕਿਹਾ ਖਹਿਰਾ ਈ ਨੇਤਾ ਨਹੀਂ ਈ ਨੇਤਾ ਚਲਾ ਰਿਹਾ ਸੀ ਪਾਰਟੀ ਕੋਈ ਪਹਿਲਾਂ ਤਾਂ ਮੈਂ ਇਹਨਾਂ ਦੇ ਜਵਾਬ ਦੇ ਦਾਂ ਮੈਂ ਜਿਵੇਂ ਮੌਕਾ ਪ੍ਰਸਤੀ ਦੀ ਸਿਆਸਤ ਦੀ ਗੱਲ ਕਰਦਾ ਸੀਗਾ ਨਾ ਦੋ ਤਿੰਨ ਦਿਨ ਪਹਿਲਾਂ ਇਹਨਾਂ ਨੇ ਹੀ ਦੱਸਿਆ ਕਿੰਗਰਾ ਸਾਹਿਬ ਨੇ ਕਿ ਵੀ ਖਹਿਰੇ ਦੇ ਖਿਲਾਫ ਇਹਨਾਂ ਨੇ ਬੜਾ ਆਪਣਾ ਲਾਈਵ ਹੋਏ ਹੈ ਅਤੇ ਅੱਜ ਇਹਨਾਂ ਨੂੰ ਖਹਿਰਾ ਇੱਥੇ ਆ ਕੇ ਮਤਲਬ ਕਿਵੇਂ ਸਾਨੂੰ ਮਤਲਬ ਨਹੀਂ ਮੈਨੂੰ ਨਹੀਂ ਖਹਿਰਾ ਚੰਗਾ ਲੱਗਿਆ ਮੈਂ ਕਿਹਾ ਤੂੰ ਕਿਹਾ ਖਹਿਰਾ ਚੰਗਾ ਲੱਗਿਆ ਪਲੀਜ਼ ਵਿੱਚ ਨਾ ਬੋਲੋ ਪਲੀਜ਼ ਨਹੀਂ ਨਹੀਂ ਵਿੱਚ ਨਹੀਂ ਤੁਸੀਂ ਕਿਉਂਕਿ ਮੈਂ ਤਾਂ ਅੱਜ ਵੀ ਕਹਿਣਾ ਖਹਿਰਾ ਮੌਕਾ ਪ੍ਰਸਤ ਹੈ ਮੈਂ ਅੱਜ ਵੀ ਕਹਿਣਾ ਚਲੋ ਠੀਕ ਹੈ ਤਰਲੋਚਨ ਸਿੰਘ ਲਾਲੀ ਜੀ ਇੱਥੇ ਦੇਖੋ ਅੱਧੀ ਗੱਲ ਕਹਿਤੀ ਇਹਨਾਂ ਨੇ ਕਿ ਮਲਵਈ ਬਿੰਗੇ ਹੁੰਦੇ ਏਦਾਂ ਕਿਹਾ ਏਦਾਂ ਨਹੀਂ ਸੀਗਾ ਪਰ ਉਹੀ ਮੈਂ ਕਹਿ ਰਿਹਾ ਨਾ ਮੌਕਾ ਪ੍ਰਸਤੀ ਸਿਆਸਤ ਹੈ ਕਿਉਂ ਨੀ ਕਿਹਾ ਭਗਵੰਤ ਉਹਨਾਂ ਨੇ ਏਦਾਂ ਨੀ ਕਿਹਾ ਉਹਨਾਂ ਨੇ ਕਿਹਾ ਸੀਗਾ ਦੇਖੋ ਕਿ ਮਲਵਈ ਬਹੁਤ ਸਿੱਧੇ ਹੁੰਦੇ ਆ ਠੀਕ ਹੈ ਉਹਨਾਂ ਦੀ ਸ਼ਰਾਫਤ ਦਾ ਪਰ ਜਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਕੋਈ ਨਜਾਇਜ਼ ਫਾਇਦਾ ਚੱਕ ਰਿਹਾ ਤਾਂ ਬਿੰਗੇ ਵੀ ਹੋ ਸਕਦੇ ਠੀਕ ਹੈ ਇਨ ਦੈਟ ਵੇ ਐਂਡ ਦੂਜਾ ਉਹ ਤਾਂ ਮਤਲਬ ਮੈਨੂੰ ਐਵੇਂ ਲੱਗਦਾ ਕਿ ਉਹਨਾਂ ਨੇ ਉਹ ਮਤਲਬ ਜਿਹੜਾ ਲਾਈਵ ਹੁੰਦੇ ਆ ਨਾ ਉਹ ਦਵਾਈ ਵਾਂਗੂ ਹੁੰਦੇ ਆ ਡਾਕਟਰ ਦੀ ਸਵੇਰੇ ਡਾਕਟਰ ਦੀ ਦਵਾਈ ਹੁੰਦੀ ਉਸ ਤੋਂ ਪਹਿਲਾਂ ਇੱਕ ਵਾਰ ਲਾਈਵ ਹੋਣਾ ਦੁਪਹਿਰੇ ਇੱਕ ਡੋਜ਼ ਹੁੰਦੀ ਉਸ ਤੋਂ ਪਹਿਲਾਂ ਲਾਈਵ ਹੋਣਾ ਤੱਕ ਦਵਾਈ ਚੜੀ ਹੋਈ ਸੀ ਦਵਾਈ ਚੜੀ ਹੋਈ ਸੀ ਤੁਸੀਂ ਅੱਜ ਦੱਸ ਰਹੇ ਜੀ ਹੁਣ ਹੁਣ ਦੱਸਦੇ ਪਏ ਹੋ ਨਹੀਂ ਪਹਿਲਾਂ ਨਾ ਖੁਸ਼ ਹੁੰਦੇ ਸੀ ਦਵਾਈ ਜਿਹੜੀ ਖੈਰ ਬੜਾ ਐਗਰੈਸਿਵ ਡਿਗਰੀ ਹੈ ਸਾਡਾ ਜੋ ਬਾਹਰ ਨਹੀਂ ਆਇਆ ਨਹੀਂ ਇਹਦਾ ਇੱਕ ਹੋਰ ਵੀ ਹੈ ਜਦੋਂ ਡਰਗ ਕੇਸ ਫਸਿਆ ਸੀ ਉਦੋਂ ਆਪ ਹੀ ਕਹਿ ਚੁੱਕੇ ਆ ਮੈਂ ਕਹਿੰਦਾ ਵੀ ਇਹੀ ਹੁੰਦਾ ਕਿ ਡਾਕਟਰ ਬਲਬੀਰ ਦੀ ਬਹੁਤ ਵੱਡੀ ਕਮੀ ਹੈ ਇੱਥੇ ਮੈਂ ਕਈ ਵਾਰੀ ਇਹਨੂੰ ਕਹਿ ਚੁੱਕਿਆ ਕਿ ਵੀ ਉਹਨਾਂ ਨੂੰ ਸੈਲਫ ਪ੍ਰਮੋਸ਼ਨ ਨਹੀਂ ਆਉਂਦੇ ਉਹ ਇਨਸਾਨ ਜਿਸ ਦਿਨ ਦਾ ਬਣਿਆ ਨਾ ਕੋ ਕਨਵੀਨਰ
ਉਹ ਰੋਜ਼ 300 ਤੋਂ 500 ਕਿਲੋਮੀਟਰ ਚੱਲਦਾ ਹੁੰਦਾ ਠੀਕ ਹੈ ਤੇ ਕਿਸੇ ਨੂੰ ਨਹੀਂ ਮਤਲਬ ਇੱਥੇ ਮੀਡੀਆ ਦੇ ਵਿੱਚ ਉਹ ਖਬਰ ਨਹੀਂ ਦਿੰਦੇ ਪਰ ਜੇ ਵੀ ਉਹ ਈ ਨੇ ਤਾਂ ਨਹੀਂ ਮਾਰ ਰਿਹਾ ਮੈਂ ਤਾਂ ਕਹਿੰਦਾ ਕਿ ਥੋੜਾ ਬਹੁਤ ਈ ਤਾਂ ਬੇਸਿਕਲੀ ਹੁਣ ਜਸਟਿਸ ਸਿੰਘ ਇਹ ਗੱਲ ਕਹਿ ਰਿਹਾ ਕਿ ਮਾਰਕੀਟਿੰਗ ਕਰਨੀ ਚਾਹੀਦੀ ਹੈ ਮਾਰਕੀਟਿੰਗ ਯੈਸ ਮਾਸ ਲੀਡਰ ਨਹੀਂ ਚਾਹੀਦੇ ਹੁਣ ਮਾਰਕੀਟਿੰਗ ਚਾਹੀਦੀ ਹੈ ਛੋਟਾ ਬ੍ਰੇਕ ਲੈਣਾ ਬ੍ਰੇਕ ਤੋਂ ਵਾਪਸ ਆਵਾਂਗੇ ਬਹੁਤ ਸਵਾਲ ਹੈਗੇ ਆ ਮਾਂ ਦੀਆਂ ਮਿੱਠੀਆਂ ਮਿਰਚਾਂ ਕਿਸ ਕਿਸ ਨੂੰ ਕੋੜੀਆਂ ਲੱਗਣਗੇ ਸਵਾਲ ਬਹੁਤ ਸਾਰੇ ਹੈਗੇ ਬ੍ਰੇਕ ਤੋਂ ਵਾਪਸ ਆ ਰਹੇ ਹਾਂ ਭਗਵੰਤ ਮਾਨ ਦੇ ਖੁਲਾਸਿਆਂ ਵਿੱਚ ਆਮ ਆਦਮੀ ਪਾਰਟੀ ਡੈਮੋਕਰੇਸੀ ਦਾ ਕੀ ਕੁਝ ਬੇਨਕਾਬ ਹੋਇਆ ਖਾਸ ਪੈਨਲ ਸਾਡਾ ਮੌਜੂਦ ਹੈਗਾ ਜੰਗਵੀਰ ਸਿੰਘ ਸ਼੍ਰੋਮਣੀ ਅਕਾਲੀ ਦਲ ਤੋਂ ਵੀ ਸਾਡੇ ਨਾਲ ਇੱਥੇ ਜੁੜ ਗਏ ਨੇ ਜੰਗਵੀਰ ਸਿੰਘ ਭਗਵੰਤ ਮਾਨ ਨੇ ਜਿਹੜੇ ਖੁਲਾਸੇ ਕੀਤੇ ਤੁਸੀਂ ਵੀ ਸੁਣੇ ਹੋਣਗੇ ਆਮ ਆਦਮੀ ਪਾਰਟੀ ਦੀ ਡੈਮੋਕਰੇਸੀ ਦਾ ਕੀ ਕੁਝ ਬੇਨਕਾਬ ਹੋਇਆ ਕੁਝ ਸਮਝ ਆਈ ਤੁਹਾਨੂੰ ਦੇਖੋ ਜੀ ਆਈ ਐਮ ਸੋਰੀ ਮੈਂ ਲੇਟ ਹੋ ਗਿਆ ਜਿੱਥੋਂ ਤੱਕ ਮੈਨੂੰ ਲੱਗ ਰਿਹਾ ਹੈ ਇਹ ਮਾਨ ਸਾਹਿਬ ਵੀ ਆਪਣਾ ਇੱਕ ਪੋਲੀਟੀਕਲ ਡਰਾਮਾ ਕਰ ਰਹੇ ਨੇ ਕਿਉਂਕਿ ਇਹ ਉਹ ਕਹਿੰਦੇ ਨੇ ਨਾ ਇਹ ਵੀ ਦੁੱਧ ਦੇ ਧੋਲੇ ਨਹੀਂ ਇਹਨਾਂ ਨੇ ਆਪ ਜਦੋਂ ਬੜੀ ਅਨਫੋਰਚੁਨੇਟ ਗੱਲ ਹੈ ਕਿ ਇੱਕ ਐਮ ਪੀ ਹੋਣ ਇੰਨੇ ਸੀਨੀਅਰ ਲੀਡਰ ਹੋਣ ਪਹਿਲੇ ਸਭ ਨੂੰ ਸ਼ਸ਼ੋ ਪੰਚ ਰੱਖਿਆ ਕਿ ਮੈਂ ਕਿਹੜੇ ਪਾਸੇ ਜਾ ਰਿਹਾ ਫਿਰ ਇਹਨਾਂ ਨੂੰ ਆਪ ਨਹੀਂ ਸਮਝ ਆਈ ਵੀ ਮੈਂ ਕਿਹੜੇ ਪਾਸੇ ਜਾਣਾ ਹੈ ਫਿਰ ਇਹ ਜਾ ਕੇ ਹਸਪਤਾਲ ਐਡਮਿਟ ਹੋ ਗਏ ਉੱਥੇ ਜਾ ਕੇ ਜਦੋਂ ਇਹਨਾਂ ਨੇ ਟਵੀਟਸ ਲਿਖੇ ਤੇ ਆਪਣਾ ਜੰਗਵੀਰ ਸਿੰਘ ਨਹੀਂ ਨਹੀਂ ਤੁਸੀਂ ਇੱਕ ਗੱਲ ਕਹੀ ਹੈ ਕਿ ਉਹ ਜਾ ਕੇ ਐਡਮਿਟ ਹੋ ਗਏ ਅਕਾਲੀ ਦਲ ਨੇ ਤਾਂ ਚਾਦਰ ਲਵਾ ਕੇ ਦੇਖੇ ਉਹਨਾਂ ਦੀ ਢੀਂਡਸਾ ਸਾਹਿਬ ਉੱਥੇ ਪਤਾ ਲੈਣ ਗਏ ਸੀਗੇ ਦੇਖੋ ਮੈਂ ਚਾਦਰ ਲਵਾਈ ਨਾ ਲਵਾਈ ਦੀ ਗੱਲ ਨਹੀਂ ਕਰ ਰਿਹਾ ਮੈਂ ਗੱਲ ਕਰ ਰਿਹਾ ਮੌਕੇ ਦੀ ਮੌਕੇ ਦੀ ਗੱਲ ਕਰ ਰਿਹਾ ਤੁਸੀਂ ਜੰਗਵੀਰ ਸਿੰਘ ਇਹ ਗੱਲ ਕਹੀ ਹੈ ਕਿ ਹੀ ਮੇ ਵੀ ਗੱਲ ਸੁਣ ਲਓ ਹਾਂਜੀ ਐਡਮਿਟ ਹੋਣ ਦਾ ਮਤਲਬ ਕੀ ਹੀ ਮੇ ਵੀ ਸਿੱਖ ਉਹਨੇ ਅੱਜ ਇਹੀ ਸਵਾਈ ਦਿੱਤੀ ਨਹੀਂ ਹੀ ਮੇ ਵੀ ਸਿੱਖ ਮੈਂ ਨਹੀਂ ਕਹਿੰਦਾ ਬਿਮਾਰ ਨਹੀਂ ਸੀ ਠੀਕ ਹੈ ਪਰ ਉਹ ਮੈਂ ਉਹੀ ਰਿਪੀਟ ਕਰ ਰਿਹਾ ਕਿ ਉਹਨਾਂ ਨੇ ਪੋਲਿਟਿਕਸ ਹੀ ਖੇਲੀ ਇਸ ਇਸ਼ੂ ਦੇ ਉੱਤੇ ਇਹ ਜਾ ਕੇ ਐਡਮਿਟ ਹੋਏ ਨੇ ਔਰ ਉੱਥੇ ਜਾ ਕੇ ਆਪਣੀ ਫੇਸਬੁੱਕ ਤੇ ਤੁਹਾਨੂੰ ਉਸ ਟਾਈਮਿੰਗ ਤੇ ਸਵਾਲ ਹੈ ਜਿਹੜਾ ਐਡਮਿਟ ਹੋਣ ਵਾਲਾ ਬਿਲਕੁਲ ਜੀ ਟਾਈਮਿੰਗ ਤੇ ਸਵਾਲ ਹੈ ਔਰ ਉੱਥੇ ਜਾ ਕੇ ਵੀ ਕੀ ਕੀਤਾ ਉੱਥੇ ਜਾ ਕੇ ਮੈਸੇਜ ਦੇਣ ਲੱਗੇ ਪੈਰਡੀਜ਼ ਲਿਖਣ ਲੱਗੇ ਕਿ ਮੈਂ ਗੱਦਾਰ ਕਿਉਂ ਹੈ ਮੈਂ ਇੱਦਾਂ ਕੀਤਾ ਮੈਂ ਉੱਦਾਂ ਕੀਤਾ ਸਫਾਈਆਂ ਦੇਣ ਲੱਗੇ ਉਹ ਜਦੋਂ ਸਫਾਈਆਂ ਫਿਰ ਤੇ ਫਿਰ ਆਪਣੇ ਸਾਰੇ ਲੀਡਰ ਉਹਨਾਂ ਕੋਲ ਪਹੁੰਚ ਗਏ ਫਿਰ ਉਹਨਾਂ ਨੇ ਕਿਤੇ ਉਹਨਾਂ ਨੂੰ ਲੱਗਾ ਕਿ ਹਾਂ ਜੀ ਮੈਂ ਸ਼ਾਇਦ ਮੈਨੂੰ ਦੁਬਾਰਾ ਮੰਨਿਆ ਜਾ ਰਿਹਾ ਲੀਡਰ ਮੰਨਿਆ ਜਾ ਰਿਹਾ ਵੀ ਸਾਰੇ ਐਮ ਐਲ ਏ ਮੇਰੇ ਕੋਲ ਆ ਗਏ ਨੇ ਤੇ ਫਿਰ ਉਹਨਾਂ ਨੇ ਡਿਸਾਈਡ ਕੀਤਾ ਵੀ ਮੈਂ ਕੀ ਐਕਸ਼ਨ ਲੈਣਾ ਤੁਹਾਨੂੰ ਲੱਗਦਾ ਕਿ ਤੇ ਹੁਣ ਆ ਕੇ ਖੁੱਲ ਕੇ ਮਾਨ ਨੇ ਹਸਪਤਾਲ ਦੇ ਵਿੱਚ ਸਾਰੀ ਡਿਪਲੋਮੇਸੀ ਕੀਤੀ ਹੈ ਸਰ ਦੇਖੋ ਹਸਪਤਾਲ 'ਚ ਰਹਿ ਕੇ ਵੀ ਜਿਸ ਤਰੀਕੇ ਨਾਲ ਸਾਰੇ ਲੀਡਰ ਉਹਨਾਂ ਨੂੰ ਇਕੱਠੇ ਹੋ ਕੇ ਮਿਲਣ ਗਏ ਉਹਨਾਂ ਨੂੰ ਆਸ਼ਵਾਸਨ ਦਿੱਤਾ ਗਿਆ ਕਿ ਇਹ ਲੀਡਰ ਨੇ ਉਹ ਸਾਰੀ ਜਿਹੜੀ ਇੱਕ ਕਿਸਮ ਨਾਲ ਇਸ ਤੋਂ ਪਹਿਲੇ ਇਹੀ ਭਗਵੰਤ ਮਾਨ ਨੇ ਜਿਹੜੇ ਸੁਨੀਲ ਜਾਖੜ ਨੂੰ ਮਿਲੇ ਸੀਗੇ ਇਹੀ ਭਗਵੰਤ ਮਾਨ ਨੇ ਜਿਹੜੇ ਆਪਣਾ ਕਾਂਗਰਸ ਨਾਲ ਗੱਲਾਂ ਬਾਤਾਂ ਕਰ ਰਹੇ ਸੀ ਨੈਗੋਸ਼ੀਏਸ਼ਨ ਕਰ ਰਹੇ ਸੀਗੇ ਸੋ ਹੁਣ ਉਹੀ ਭਗਵੰਤ ਮਾਨ ਹੈ ਹੁਣ ਉਹਨਾਂ ਡਿਸਾਈਡ ਕੀਤਾ ਵੀ ਮੈਂ ਇੱਕ ਸਾਈਡ ਲੈਣੀ ਹੈ ਅਤੇ ਹੁਣ ਖੁੱਲ੍ਹ ਕੇ ਖਹਿਰਾ ਸਾਹਿਬ ਦੇ ਖਿਲਾਫ ਉਭਰੇ ਨੇ ਠੀਕ ਹੈ ਜਸਜੀਤ ਸਿੰਘ ਭਗਵੰਤ ਮਾਨ ਪਹਿਲਾਂ ਨੈਗੋਸ਼ੀਏਟ ਕਰਦੇ ਰਹੇ ਅਕਾਲੀ ਦਲ ਸਾਹਮਣੇ ਠੀਕ ਹੈ ਸੁਖਪਾਲ ਸਿੰਘ ਖਹਿਰਾ ਤੁਸੀਂ ਇਲਜ਼ਾਮ ਲਗਾ ਰਹੇ ਹੋ ਕਿ ਉਹ ਨੈਗੋਸ਼ੀਏਟ ਕਰਦੇ ਰਹੇ ਯਾਨੀ ਕਿ ਦੋਨਾਂ ਨੇ ਨੈਗੋਸ਼ੀਏਸ਼ਨ ਕੀਤੀ ਅਤੇ ਅਸਲ ਵਿੱਚ ਨੈਗੋਸ਼ੀਏਸ਼ਨ ਹੈ ਆਮ ਆਦਮੀ ਪਾਰਟੀ ਦੀ ਹਾਈਕਮਾਂਡ ਨੇ ਕਰਤੀ ਕਿ ਭਾਈ ਸਾਹਿਬ ਤੁਸੀਂ ਰਹੋਗੇ ਤੁਸੀਂ ਜਾਓਗੇ ਦੇਖੋ ਮੈਂ ਤਾਂ ਮਤਲਬ ਉਹੀ ਕਹਿ ਰਹੇ ਨਾ ਕਿ ਵੈਸੇ ਜੰਗਵੀਰ ਜੀ ਦੇਖੋ ਮੇਰੇ ਤੋਂ ਵੱਡੇ ਵੀ ਨੇ ਉਮਰ 'ਚ ਮੈਂ ਕਾਫੀ ਇਹਨਾਂ ਦੀ ਰਿਸਪੈਕਟ ਕਰਦਾ ਬਟ ਜਿਵੇਂ ਇੱਥੇ ਸ਼ਬਦਾਵਲੀ ਵਰਤੀ ਇਹਨਾਂ ਨੇ ਮੈਂ ਖੈਰ ਇਹਨਾਂ ਨੂੰ ਕਾਊਂਟਰ ਵੀ ਨਹੀਂ ਕਰਦਾ ਕਿਉਂਕਿ ਆਈ ਰੀਅਲੀ ਰਿਸਪੈਕਟ ਹਿਮ ਪਰ ਮਤਲਬ ਇੱਕ ਬਹੁਤ ਸ਼ਰਮਨਾਕ ਗੱਲਾਂ ਨੇ ਇਹ ਜੇ ਕੋਈ ਇੱਦਾਂ ਕਹਿੰਦਾ ਕਿ ਵੀ ਆਪ ਜਾ ਕੇ ਹੋਸਪਿਟਲ ਹੋ ਗਏ ਜਾਂ ਉੱਥੇ ਜਾ ਕੇ ਫੇਸਬੁੱਕ ਦੇਖੋ ਜਦੋਂ ਲੋਕ ਇਨਫੈਕਟ ਅੱਜ ਉਹਨਾਂ ਨੇ ਪੀ ਸੀ 'ਚ ਵੀ ਗੱਲ ਕਹੀ ਮਾਨ ਸਾਹਿਬ ਨੇ ਉਹਨਾਂ ਨੇ ਕਿਹਾ ਕਿ ਵੀ ਮੈਨੂੰ ਮੈਂ ਉੱਥੇ ਹੋਸਪਿਟਲ ਐਡਮਿਟ ਸੀਗਾ ਲੋਕ ਮੇਰੇ 'ਤੇ ਦੋਸ਼ ਲਗਾਉਣਾ ਸ਼ੁਰੂ ਨਾਲ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਮੈਂ ਲਾਈਵ ਸੁਣਦਾ ਪਿਆ ਸੀ ਹਾਂ ਸੁਖਪਾਲ ਸਿੰਘ ਕਹਿ ਰਹੇ ਸੀ ਸੁਣ ਬਿਲਕੁਲ ਅਤੇ ਉਹਦੇ 'ਚ ਕੋਈ ਗਲਤ ਤਾਂ ਨਹੀਂ ਹੈ ਨਾ ਪਾਰਟੀ ਦੇ ਵਿੱਚ ਕੀ ਹੋ ਰਿਹਾ ਤਾਂ ਬੰਦਾ ਦੇਖ ਲੈਂਦਾ ਉਹ ਫੇਸਬੁੱਕ ਤੋਂ ਫੋਟੋ ਭੇਜ ਕੇ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ ਵੀ ਹਾਂਜੀ ਮੈਂ ਹੋਸਪਿਟਲ 'ਚ ਹੈਗਾ ਐਜ਼ ਸੂਨ ਐਜ਼ ਹੀ ਗੋਟ ਔਨ ਹਿਸ ਫੀਟ ਉਹ ਜਦੋਂ ਖੜ੍ਹੇ ਹੋਣ ਦੇ ਲਾਇਕ ਹੋਏ ਉਹਨਾਂ ਨੇ ਆ ਕੇ ਪਾਰਟੀ ਨੂੰ ਡਿਫੈਂਡ ਕੀਤਾ ਚੰਗੇ ਤਰੀਕੇ ਨਾਲ ਠੀਕ ਹੈ ਜਿੱਥੇ ਤੱਕ ਇਹ ਦੋਸ਼ ਦੋਸ਼ ਅਸੀਂ ਕਦੀ ਵੀ ਦੇਖੋ ਮਾਨ ਸਾਹਿਬ ਦੀ ਕਾਂਗਰਸ ਨਾਲ ਜੋ ਵੀ ਇਹ ਗੱਲਾਂ ਗੁੱਲਾਂ ਹੁੰਦੀਆਂ ਪਲਾਂਟਿਡ ਨੇ ਮੈਂ ਹਮੇਸ਼ਾ ਰਾਈਟ ਫਰੋਮ ਡੇ ਵਨ ਕਿਹਾ ਦੀਜ਼ ਆਰ ਆਲ ਪਲਾਂਟਿਡ ਥਿੰਗਸ ਐਂਡ ਜਿਹੜੀ ਖਹਿਰਾ ਸਾਹਿਬ ਸੁਖਪਾਲ ਸਿੰਘ ਖਹਿਰਾ ਦੀ ਮੀਟਿੰਗ ਹੋਈ ਸੀ ਵਿਕਰਮ ਜੇਠੀਆ ਨਾਲ ਹਾਂਜੀ ਮੈਂ ਉਸੇ 'ਤੇ ਆ ਰਿਹਾ ਜਿਹੜੀ ਉਹ ਮੀਟਿੰਗ ਹੋਈ ਹੈ ਉਹ ਤਾਂ ਵਿਕਰਮ ਜੇਠੀਆ ਆਪ ਹੀ ਮੰਨਦਾ ਉਹ ਤਾਂ ਆਪ ਹੀ ਕਹਿੰਦਾ ਕਿ ਵੀ ਹਾਂ ਹੋਈ ਹੈ ਮੀਟਿੰਗ ਐਂਡ ਖਹਿਰਾ ਸਾਹਿਬ ਪਲੀਜ਼ ਇਹ ਕਦੋਂ ਸੁਖਪਾਲ ਨਹੀਂ ਹਾਂ ਇਹ ਕਦੋਂ ਮਜੀਠੀਆ ਸਾਹਿਬ ਨੇ ਮੰਨਿਆ ਕਿ ਸੁਖਪਾਲ ਖਹਿਰਾ ਨੂੰ ਮਿਲੇ ਨੇ ਤੁਸੀਂ ਮੈਨੂੰ ਕੋ ਪੁੱਛ ਰਹੇ ਹੋ ਤੁਸੀਂ ਦੱਸੋ ਜੀ ਤੁਸੀਂ ਦੱਸੋ ਮੈਂ ਦੱਸ ਰਿਹਾ ਕਦੋਂ ਮੰਨਿਆ ਦੱਸ ਰਿਹਾ ਨਹੀਂ ਐ ਨਾ ਸਰ ਮੈਂ ਤੁਹਾਨੂੰ ਕਹਿ ਰਿਹਾ ਮੈਂ ਐਸੇ ਦੇ ਡਿਬੇਟ ਦੇ ਉੱਪਰ ਆ ਕੇ ਮੈਂ ਮਾਫੀ ਮੰਗ ਲੂੰਗਾ ਜੇ ਇਹ ਗੱਲ ਗਲਤ ਹੋਈ ਤਾਂ ਹੁਣ ਹੀ ਮੰਨ ਲਓ ਜੀ ਇਹ ਗਲਤ ਹੈ ਇਹ ਹੁਣ ਹੀ ਮੰਨ ਲਓ ਇੱਕ ਮਿੰਟ ਗੂਗਲ ਸਰਚ ਕਰ ਲਓ ਨਾ ਵਿਕਰਮ ਜੀਠੀਆ ਨੇ ਵਿਕਰਮ ਜੀਠੀਆ ਨੇ ਇਹ ਗੱਲ ਕਹੀ ਹੈ ਕਿ ਸੁਖਪਾਲ ਸਿੰਘ ਖਹਿਰਾ ਨਾਲ ਮੇਰੀ ਮੀਟਿੰਗ ਹੋਈ ਹੈ ਇਹ ਗੱਲ ਕਹੀ ਹੈ ਇਹ ਆਇਆ ਅਖਬਾਰਾਂ 'ਚ ਆਇਆ ਬਕਾਇਦਾ ਉਹਨੇ ਕਿਹਾ ਵੀ ਹੈ
ਹਵਾ ਚ ਸੁਣਿਆ ਪਰ ਕਿਤੇ ਸੋਲਿਡ ਕਿਤੇ ਨਹੀਂ ਸੁਣਿਆ। ਨਹੀਂ ਮੈਂ ਬਿਲਕੁਲ ਸੁਣਿਆ, ਮੈਂ ਤੁਹਾਨੂੰ ਭੇਜ ਵੀ ਦਊਂਗਾ। ਇਹ ਨਾ ਕਰੋ, ਇਹ ਸੁਣ ਲਓ ਸਰ, ਜੰਗਵੀਰ ਜੀ ਇੱਕ ਮਿੰਟ ਬੋਲਣ ਦਿਓ, ਵਿੱਚ ਨਾ ਦੇਖੋ ਡਾਈਵਰਜਨਰੀ ਟੈਕਟਿਕ। ਚਲੋ ਠੀਕ ਹੈ ਯਾਰ, ਮੈਂ ਇਹ ਕਹਿ ਰਿਹਾ ਕਿ ਇਹ ਮੈਂ ਅਸੀਂ ਮੈਂ ਬਾਰ ਬਾਰ ਇੱਕੋ ਗੱਲ ਕਹਿ ਰਿਹਾ ਕਿ ਅਸੀਂ ਨਹੀਂ ਇਹ ਗੱਲ ਫਲਾਈ ਹੋਈ, ਇਹ ਗੱਲ ਮੀਡੀਆ ਦੇ ਵਿੱਚ ਆਈ ਹੈ। ਜੈ ਸਿੰਘ ਰੋੜੀ, ਜੈ ਕਿਸ਼ਨ ਰੋੜੀ ਜੀ ਨੇ ਕੱਲ੍ਹ ਵੀ ਜੁਆਇਨ ਕੀਤੀ, ਕੱਲ੍ਹ ਜਾ ਕੇ ਉਹ ਧੜਾ 'ਚ ਜਾ ਕੇ ਪੀਸੀ ਕਰ ਲਈ ਉਹਨਾਂ ਨਾਲ, ਖੈਰ ਸਾਹਿਬ ਨਾਲ। ਉਹਨਾਂ ਬਾਰੇ ਵੀ ਅਜੀਤ 'ਚ ਅੱਜ ਆਈ ਹੈ ਕਿ ਵੀ ਉਹ ਵੀ ਸੁਖਬੀਰ ਬਾਦਲ ਨੂੰ 31 ਤਰੀਕ ਤੋਂ ਪਹਿਲਾਂ ਮਿਲਿਆ, ਠੀਕ ਹੈ। ਹੁਣ ਇਹ ਗੱਲਾਂ ਅਸੀਂ ਥੋੜ੍ਹਾ ਨਾ ਕੀਤੀਆਂ, ਨਾ ਸਾਡੇ 'ਚ ਇੰਨਾ ਜ਼ੋਰ ਹੈ ਜੇ ਇੰਨਾ ਮੀਡੀਆ ਅਸੀਂ ਕੰਟਰੋਲ ਕਰ ਸਕਦੇ ਤਾਂ 2017 ਅਸੀਂ ਜਿੱਤ ਜਾਂਦੇ। ਉਹ ਤਾਂ ਤੁਹਾਡੇ ਕੰਟਰੋਲ ਕੌਣ ਕਰ ਰਿਹਾ ਜੱਸੇ ਸੇ, ਮੈਨੂੰ ਕੰਟਰੋਲ ਕੌਣ ਕਰ ਰਿਹਾ, ਦੱਸ ਦੱਸ ਕੌਣ ਕੰਟਰੋਲ ਕਰ ਰਿਹਾ, ਜਵਾਬ ਦਿਓ ਤੁਸੀਂ ਮਿੰਟ 'ਚ, ਮੀਡੀਆ 'ਤੇ ਵੀ ਸੋਚੋ। ਸੁਣ ਲਓ ਸੁਣ ਲਓ, 2017 ਤੋਂ ਪਹਿਲਾਂ ਪੰਜਾਬ ਦੇ ਵਿੱਚ ਜਿਹੜੇ ਚੈਨਲ ਸੀਗੇ, ਇੱਕ ਜਾਂ ਦੋ ਸੀਗੇ, ਪੀਟੀਸੀ ਤੇ ਉਹ ਸਾਰੇ ਦੇ ਸਾਰੇ ਹੈ ਕਿ ਨਹੀਂ ਇਹਨਾਂ ਦੇ ਅੰਡਰ? ਤੁਸੀਂ ਉੱਥੇ ਜਾ ਕੇ ਕਹੋ ਇਹ ਗੱਲਾਂ। ਮੈਂ ਇਹ ਕਹਿ ਰਿਹਾ ਕਿ ਜੇ ਮੀਡੀਆ ਨੂੰ ਅਸੀਂ ਕੰਟਰੋਲ ਕਰ ਸਕਦੇ ਹੁੰਦੇ, ਇਹਦੇ 'ਚ ਮੀਡੀਆ ਨੇ ਸੱਚਾਈ ਛਾਪੀ ਹੋਣੀ ਹੈ ਨਾ। ਹੁਣ ਮੇਰੀ ਗੱਲ ਸੁਣੋ, ਕਈ ਨਿਊਜ਼, ਮੈਂ ਇੱਕ ਵੀਡੀਓ ਦੇਖੀ ਸੀ, ਉਹਦੇ ਵਿੱਚ ਉਹਨਾਂ ਨੇ ਕਹੀ ਹੋਈ ਹੈ, ਮੈਂ ਭੇਜ ਦੂੰਗਾ ਸਰ, ਤੁਹਾਡੇ ਕੋਲ ਨਹੀਂ ਭੇਜੋ, ਨਹੀਂ ਤੁਹਾਡੇ ਕੋਲ 10 ਮਿੰਟ ਆਰਾਮ ਨਾਲ ਦੇਖੋ ਸਰ, ਮੈਂ ਚਲੋ ਆਰਾਮ ਨਾਲ ਕੱਢੋ, ਚਲੋ ਸੇ ਲਾ ਲਈ ਮੀਟਿੰਗਾਂ ਹੋ ਰਹੀਆਂ, ਤੁਹਾਨੂੰ ਪਤਾ ਲੱਗਿਆ ਇਹ ਮਤਲਬ ਨਾ, ਇਹ ਸਾਡਾ ਜਦੋਂ ਅਸੀਂ ਆਮ ਆਦਮੀ ਪਾਰਟੀ ਦੇ ਵਿੱਚ ਸੀ, ਇਹ ਇੱਕ ਪਲਾਨਡ ਸਿਸਟਮ ਸੀ, ਇੱਕ ਇੰਸਟੀਚਿਊਟ ਜਿਹਾ ਚੱਲਦਾ ਸੀ ਸਾਡੇ 'ਚ ਵੀ ਰਿਊਮਰ ਕਿੱਦਾਂ ਫੈਲਾਉਣਾ। ਉਹਦੇ ਵਿੱਚ ਇੱਕ ਬੜਾ ਚੱਲਿਆ ਸੀ ਜਦੋਂ 2017 ਦੀ ਇਲੈਕਸ਼ਨ 'ਚ ਵੀ ਜੇ ਫਲਾਣੀ ਪਾਰਟੀ ਨੂੰ ਵੋਟ ਪਾਵਾਂਗੇ, ਮੈਂ ਸ਼ਬਦ ਨਹੀਂ ਵਰਤਣਾ ਚਾਹੁੰਦਾ, ਉਹ ਇੱਕ ਪਲਾਂਟ ਸੀਗਾ ਸੋਸ਼ਲ ਮੀਡੀਆ 'ਤੇ ਧੱਕਿਆ ਗਿਆ ਸੀ ਵੀ ਜੇ ਅਕਾਲੀ ਦਲ ਨੂੰ ਵੋਟ ਪਾਵਾਂਗੇ ਤਾਂ ਵਿੱਚੋਂ ਆਹ ਆਵਾਜ਼ ਨਿਕਲੂ, ਮੈਂ ਸ਼ਬਦ ਨਹੀਂ ਪੰਜਾਬੀ ਦੇ ਵਰਤਣਾ ਚਾਹੁੰਦਾ। ਉਹ ਸਾਰਾ ਪਲਾਂਟ ਚੱਲਦਾ ਸੀ, ਇਹ ਉੱਦਾਂ ਹੀ ਸਮਝੀ ਜਾ ਰਹੇ ਨੇ, ਕਿਉਂਕਿ ਸੋਸ਼ਲ ਮੀਡੀਆ ਪੰਜਾਬ ਨੂੰ ਸਿਖਾਉਣ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਿਹੜੀ ਦਿੱਲੀ ਦੀ ਟੀਮ ਸੀ ਉਹਦਾ ਬਹੁਤ ਵੱਡਾ ਰੋਲ ਰਿਹਾ, ਪਰ ਪੰਜਾਬੀਆਂ ਨੇ ਸਿੱਖ ਕੇ ਇਹਨਾਂ ਨੂੰ ਅੱਗੇ ਚਲੇ ਗਏ ਅਤੇ ਉਹ ਨੁਕਸਾਨ ਕਰਨ ਲੱਗ ਗਿਆ ਉਲਟਾ ਇਹਨਾਂ ਨੂੰ। ਦੂਜੀ ਮੈਂ ਇਹ ਵਾਰ ਵਾਰ ਇਹੀ ਗੱਲ ਕਹਿ ਰਿਹਾ, ਇਹ ਜਿਹੜੀ ਹੈਗੀ ਆ ਇਹਨਾਂ ਦੀ ਅੰਦਰਲਾ ਕਲੇਸ਼ ਜਿਹੜਾ ਹੈਗਾ ਸਾਹਮਣੇ ਆ ਗਿਆ। ਸੰਜੇ ਸਿੰਘ ਨੂੰ ਹਟਾ ਦਿੱਤਾ ਗਿਆ, ਉਹ ਤੋਂ ਬਾਅਦ ਸਿਸੋਦੀਆ ਬਲਵੀਰ ਸਿੰਘ ਨੂੰ ਸ਼ੈਲਟਰ ਕਰਨ ਲੱਗ ਗਿਆ ਅਤੇ ਇਹ ਲੜਾਈ ਅੱਜ ਸਾਹਮਣੇ ਆ ਚੁੱਕੀ ਹੈ। ਠੀਕ ਹੈ, ਚਲੋ ਸਿੰਘ, ਚਲੋ ਸਿੰਘ, ਮੀਡੀਆ ਨੂੰ ਇਹ ਕਹਿੰਦੇ ਅਸੀਂ ਕੰਟਰੋਲ ਨਹੀਂ ਕਰ ਸਕਦੇ, ਮੈਨੂੰ ਇਸ ਸਵਾਲ ਦਾ ਜਵਾਬ ਚਾਹੀਦਾ। ਪੰਜਾਬ ਨੂੰ ਸੁੱਖ ਚਾਹੀਦਾ ਜਾਂ ਮਾਣ ਉੱਥੇ ਆਈਏ, ਸਾਨੂੰ ਸੁੱਖ ਵੀ ਚਾਹੀਦਾ ਜਿਹੜਾ ਅਸਲ ਸੁੱਖ ਹੈ, ਤੇ ਮਾਣ ਨੰਨੇ ਵਾਲਾ ਨੀ ਨਾਣੇ ਵਾਲਾ ਚਾਹੀਦਾ, ਮੰਮੇ ਕੰਨਾ ਨਾਣਾ ਮਾਣ ਚਾਹੀਦਾ ਸਾਨੂੰ, ਨਾਣੇ ਵਾਲਾ ਉਹ ਚਾਹੀਦਾ। ਹੁਣ ਆਈਏ ਇਹਨਾਂ ਦੇ ਕਲਾ ਕਲੇਸ਼ ਤੇ, ਦੇਖੋ ਜਿਹੜਾ ਸੁਖਪਾਲ ਖਹਿਰੇ ਦਾ ਧੜਾ, ਉਹਨੂੰ ਇੱਕੋ ਬੰਦੇ ਤੋਂ ਡਰ ਸੀ, ਉਹ ਸੀ ਭਗਵੰਤ ਸਿੰਘ ਮਾਨ, ਵੀ ਜੇ ਉਹ ਆਮ ਆਦਮੀ ਪਾਰਟੀ ਦੇ ਥੜੇ 'ਤੇ ਖੜ ਕੇ ਅਤੇ ਸਾਡੀ ਜਿਹੜੀ ਇਹ ਜਿਹੜਾ ਇੱਕ ਚਲਾਈ ਕੰਪੇਨ ਇਹਦੇ ਵਿੱਚ ਖੜ ਗਿਆ ਤਾਂ ਸਾਨੂੰ ਮੁਸ਼ਕਲ ਆਊਗੀ। ਮੈਂ ਬਹੁਤ, ਮੈਨੂੰ ਯਾਦ ਹੈ ਜਦੋਂ ਕੇਜਰੀਵਾਲ ਸਾਹਿਬ ਨੇ ਮੁਆਫ਼ੀ ਮੰਗੀ ਸੀ ਬਿਕਰਮ ਮਜੀਠੀਆ ਹੋਣਾ ਕੋਲੋਂ ਮਾਨਹਾਨੀ ਦੇ ਕੇਸ 'ਚ, ਅਤੇ ਜਦੋਂ ਇਹਨਾਂ ਦੀ ਵਿਧਾਇਕ ਦਲ ਦੀ ਮੀਟਿੰਗ ਚੱਲ ਰਹੀ ਸੀ ਵਿਧਾਨ ਸਭਾ ਕੰਪਲੈਕਸ 'ਚ, ਅਤੇ ਸੁਖਪਾਲ ਖਹਿਰਾ ਹੋਣਾ ਨੇ ਆਲਮੋਸਟ ਡਿਸਾਈਡ ਕਰ ਲਿਆ ਸੀ ਵੀ ਅਸੀਂ ਤੋੜ ਕੇ ਦਿੱਲੀ ਨਾਲੋਂ ਨਾਤਾ ਅਤੇ ਆਮ ਆਦਮੀ ਪਾਰਟੀ ਪੰਜਾਬ ਬਣਾ ਲੈਣੀ ਹੈ। ਉਦੋਂ ਇਹਨਾਂ ਦਾ ਇੱਕੋ ਪੁਆਇੰਟ ਸੀ ਵੀ ਭਗਵੰਤ ਮਾਨ ਹੁਣ ਅਸਤੀਫਾ ਦੇ ਦਿੱਤਾ, ਕੇਜਰੀਵਾਲ ਤੋਂ ਉਹ ਵੀ ਦੂਰ ਚਲ ਗਿਆ, ਉਹਨੂੰ ਪ੍ਰਧਾਨ ਬਣਾ ਕੇ ਅਤੇ ਆਪਾਂ ਚਲਾ ਲਈਏ, ਸਭ ਕੁਝ ਫਾਈਨਲ ਸੀ। ਜੇ ਕਿਤੇ ਭਗਵੰਤ ਮਾਨ ਉਦੋਂ ਸਿਰ ਹਿਲਾ ਦਿੰਦਾ ਠੀਕ ਹੈ, ਅਤੇ ਉਦੋਂ ਆਮ ਆਦਮੀ ਪਾਰਟੀ ਪੰਜਾਬ ਬਣ ਜਾਣੀ ਸੀ। ਸੋ ਹੁਣ ਵੀ ਖਹਿਰਾ ਘੜੇ ਧੜੇ ਨੂੰ ਇਹ ਖਤਰਾ ਸੀ, ਹੁਣ ਭਗਵੰਤ ਮਾਨ ਦੇ ਆ ਕੇ ਖੜਨ ਨਾਲ ਮੈਨੂੰ ਲੱਗਦਾ ਵੀ ਖਹਿਰਾ ਸਾਹਿਬ ਦਾ ਰਸਤਾ ਜਿਹੜਾ ਕਾਫੀ ਔਖਾ ਹੋ ਗਿਆ। ਇੱਕ ਛੋਟਾ ਬ੍ਰੇਕ ਲੈਣੇ, ਬ੍ਰੇਕ ਤੋਂ ਵਾਪਸ ਆਵਾਂਗੇ, ਕੁਝ ਹੋਰ ਸਵਾਲ ਹੋਣਗੇ। ਖਹਿਰਾ ਸਾਹਿਬ ਦਾ ਰਸਤਾ ਔਖਾ ਹੋ ਗਿਆ ਜਾਂ ਆਮ ਆਦਮੀ ਪਾਰਟੀ ਪੰਜਾਬ ਇਕਾਈ ਦਾ ਪੂਰਾ ਰਾਹ ਔਖਾ ਹੋ ਗਿਆ? ਬ੍ਰੇਕ ਤੋਂ ਵਾਪਸ ਆ ਰਹੇ ਭਗਵੰਤ ਮਾਨ ਦੇ ਖੁਲਾਸਿਆਂ ਵਿੱਚ ਆਪ ਦੀ ਡੈਮੋਕ੍ਰੇਸੀ ਦਾ ਕੀ ਕੁਝ ਬੇਨਕਾਬ ਹੋਇਆ? ਹਰਦੀਪ ਸਿੰਘ ਕਿੰਗਰਾ, ਇਸ ਸਵਾਲ ਦਾ ਜਵਾਬ ਹੈਗਾ ਤਾਂ ਮੈਨੂੰ ਦੇ ਦਿਓ, ਕਿਉਂਕਿ ਤੁਸੀਂ ਬਹੁਤ ਡੈਮੋਕ੍ਰੇਸੀ ਦੀਆਂ ਗੱਲਾਂ ਕਰਦੇ ਸੀ, ਤੁਸੀਂ ਵੀ ਆਮ ਆਦਮੀ ਪਾਰਟੀ 'ਚ ਬੜੇ ਨਾਅਰੇ ਲਾਏ ਆ। ਦੇਖੋ, ਜਦੋਂ ਵੀ ਕੋਈ ਪਾਰਟੀ ਪੋਲੀਟੀਕਲ ਪਲੇਟਫਾਰਮ ਲੈਂਦੀ ਹੈ, ਉਹ ਡੈਮੋਕ੍ਰੇਸੀ ਕਹਿਣ ਦੀਆਂ ਗੱਲਾਂ ਹੁੰਦੀਆਂ ਨੇ। ਸਾਡੇ ਦੇਸ਼ ਦੇ ਵਿੱਚ ਕਿਤੇ ਵੀ ਡੈਮੋਕ੍ਰੇਸੀ ਕ੍ਰਿਟੀਕਲੀ ਜਿਹੜਾ ਉਹ ਪੋਲੀਟੀਕਲ ਪਾਰਟੀਆਂ ਨਹੀਂ ਚੱਲਦੀਆਂ। ਇਹ ਗੱਲਾਂ ਜਿਹੜੀਆਂ ਨੇ, ਇਹ ਕੇਜਰੀਵਾਲ ਵੀ ਫਰਜ਼ੀ ਗੱਲਾਂ ਕਰਦਾ ਰਿਹਾ,
ਤੇ ਬਾਕੀ ਲੋਕ ਵੀ ਫਰਜ਼ੀ ਗੱਲ ਕਰਦੇ। ਸਵਾਲ ਮੈਂ ਕਿਉਂ ਪੁੱਛਿਆ ਸੀਗਾ ਮੈਂ ਤੁਹਾਨੂੰ ਇਹ ਦੱਸਦਾ, ਜਿਹੜਾ ਮੈਂ ਇਸ ਕਰਕੇ ਪੁੱਛਿਆ ਸੀਗਾ ਜਦੋਂ ਮੀਤ ਹੇਅਰ ਨੇ ਇਹ ਗੱਲ ਕਹੀ ਆ ਉੱਥੇ ਕਿ ਕਮਰ ਸੰਧੂ ਸਾਹਿਬ ਹੋਰਾਂ ਨੇ ਉੱਥੇ ਜਾ ਕੇ ਕਿਹਾ ਹੈ ਕਿ ਮੈਨੂੰ ਐਲਓਪੀ ਦਾ ਅਹੁਦਾ ਦੇ ਦਿਓ, ਮੈਂ ਇਹਨੂੰ ਸੁਖਪਾਲ ਸਿੰਘ ਖਹਿਰਾ ਨੂੰ ਆਪੇ ਸਾਂਭ ਲੂੰਗਾ। ਮੈਂ ਇਸ ਸਵਾਲ ਦਾ ਮਤਲਬ ਇਸ ਕਰਕੇ ਸੀਗਾ ਕਿਉਂਕਿ ਜਦੋਂ ਅਸੀਂ ਵਿਧਾਇਕਾਂ ਤੋਂ ਪੁੱਛ ਕੇ ਬੈਠਕ ਕਰਕੇ ਫਿਰ ਐਲਓਪੀ ਦਾ ਅਹੁਦਾ ਦਿੰਦੇ ਹਾਂ, ਫਿਰ ਇਸ ਸਵਾਲ ਦਾ ਮਤਲਬ ਕੀ ਹੈ? ਨਹੀਂ ਨਹੀਂ, ਦੇਖੋ ਆਪਾਂ ਕਹਿ ਦਿੰਦੇ ਹਾਂ ਦੀ ਮੈਜੋਰਟੀ ਪਾਰਟੀ ਲੀਡਰ ਵਿਲ ਬੀ ਦੀ ਚੀਫ ਮਿਨਿਸਟਰ ਆਫ ਦੀ ਸਟੇਟ। ਇਹ ਪਹਿਲਾਂ ਚੀਫ ਮਿਨਿਸਟਰ ਸਿਲੈਕਟ ਹੁੰਦਾ, ਮੁੜ ਕੇ ਮੋਹਰ ਲੱਗਦੀ ਹੈ ਐਮਐਲਏ ਦੀ। ਇਸ ਸਾਰੇ ਭਾਰਤ 'ਚ ਇਸ ਤਰ੍ਹਾਂ, ਇਸੇ ਤਰ੍ਹਾਂ ਪਹਿਲਾਂ ਐਲਓਪੀ ਦਾ ਲੀਡਰ ਡਿਸਕਸ ਹੁੰਦਾ, ਡਿਸਾਈਡ ਹੁੰਦਾ, ਫਿਰ ਉਸ ਤੋਂ ਬਾਅਦ ਐਮਐਲਏ ਮੋਹਰ ਲਾ ਦਿੰਦੇ ਹੋ ਅਤੇ ਪਾਰਟੀਆਂ ਫੈਸਲੇ ਕਰਦੀਆਂ। ਇਹ ਡੈਮੋਕ੍ਰੈਟਿਕਲੀ ਫੈਸਲੇ ਨਹੀਂ ਹੁੰਦੇ, ਇਹ ਸੱਚਾਈ ਇਹ ਹੈ। ਹਾਂ, ਕਾਨੂੰਨ ਜਿਹੜਾ ਤੁਸੀਂ ਕਹਿੰਦੇ ਉਹ ਹੈ ਕਿ ਐਮਐਲਏ ਫੈਸਲਾ ਕਰਨਗੇ। ਮੈਂ ਤੁਹਾਨੂੰ ਇਹ ਗੱਲ ਦੱਸਦਾ, ਜਿਹੜੀ ਇਹਨਾਂ ਨੇ ਤਰਲੋਚਨ ਸਿੰਘ ਹੋਰਾਂ ਨੇ ਗੱਲ ਕੀਤੀ ਹੈ ਕਿ ਇਹਨਾਂ ਨੇ ਆਮ ਆਦਮੀ ਪਾਰਟੀ ਪੰਜਾਬ ਬਣਾਉਣੀ ਸੀ। ਆਮ ਆਦਮੀ ਪਾਰਟੀ ਦਾ ਵਜੂਦ ਜਿਹੜਾ, ਇਹ ਰਜਿਸਟਰ ਦਿੱਲੀ ਹੋਈ ਹੋਈ ਪਾਰਟੀ ਹੈ। ਇਹਦੇ 'ਚ 6 MP ਹੈ, 7 MP ਹੈ ਇਸ ਪਾਰਟੀ ਦੇ, ਔਰ ਇਸ ਪਾਰਟੀ ਦੇ ਦਿੱਲੀ ਦੇ ਵਿੱਚ ਐਮਐਲਏ ਵੀ ਹੈਗੇ ਆ। ਇਹਨੂੰ ਵਰਟੀਕਲੀ ਸਪਲਿਟ ਕਰਨਾ ਪੋਸੀਬਲ ਨਹੀਂ ਹੈ, ਕਿਉਂਕਿ ਪੰਜਾਬ ਦਾ ਧੜਾ ਜੇ 20 ਦੇ 20 ਐਮਐਲਏ ਵੀ ਅੱਡ ਹੋ ਜਾਣ ਅਤੇ ਆਮ ਆਦਮੀ ਪਾਰਟੀ ਪੰਜਾਬ ਬਣਾਉਣ 'ਚ ਤਾਂ 20 ਦੇ 20 ਡਿਸਕੁਆਲੀਫਾਈ ਹੋ ਜਾਣਗੇ, ਉਹਨਾਂ ਦਾ ਕੱਖ ਨਹੀਂ ਬਣਨਾ ਹੈਗਾ। ਉਹ ਕਿਸੇ ਪਾਰਟੀ 'ਚ ਮਰਜ ਕਰ ਸਕਦੇ, ਇੱਕੋ ਹੀ ਰੂਲ ਹੈ ਬਸ ਕਿ ਕਿਸੇ ਪਾਰਟੀ 'ਚ ਮਰਜ ਕਰ ਸਕਦੇ ਆ। ਟੁੱਟ ਕੇ 20 ਦੇ 20 ਵੀ ਨਹੀਂ ਟੁੱਟ ਸਕਦੇ, ਉਹ ਵੀ ਟੁੱਟਦੇ ਤਾਂ 20 ਦੇ 20 ਡਿਸਕੁਆਲੀਫਾਈ। ਪਾਰਟੀ ਕਾਰਵਾਈ ਕਰੂਗੀ ਇਹਨਾਂ 'ਤੇ? ਦੇਖੋ ਜੀ, ਪਾਰਟੀ ਨੂੰ ਹੁਣ ਤੱਕ ਜੇ ਇਹ ਸੁਖਪਾਲ ਸਿੰਘ ਖਹਿਰਾ ਨੂੰ ਸੁਨੀਲ ਜਾਖੜ ਜੀ ਹੋਰਾਂ ਨੇ ਬਿਆਨ ਦਿੱਤਾ, ਤੁਹਾਨੂੰ ਯਾਦ ਹੋਣਾ ਕਿ ਇਹਨੂੰ ਕੱਢ ਦੇਣਾ ਚਾਹੀਦਾ ਸੀ ਪਾਰਟੀ 'ਚ ਉਸੇ ਵੇਲੇ ਜਦੋਂ ਝੂਠ ਬੋਲਣ ਦੀ ਸਿਆਸਤ 'ਚ ਲੱਗਿਆ ਹੋਇਆ ਸੀਗਾ ਭਗਵੰਤ ਮਾਨ ਹੋਣਾ। ਠੀਕ ਹੈ, ਮੇਰਾ ਵੀਡੀਓ ਸੀ, ਮੈਂ ਸ਼ੁੱਕਰਵਾਰ ਨੂੰ ਇੱਕ ਵੀਡੀਓ ਪਾਇਆ ਸੀ, ਤੁਸੀਂ ਵੇਖ ਲਓ ਮੇਰੀ ਫੇਸਬੁੱਕ 'ਤੇ, ਜੋ ਭਗਵੰਤ ਮਾਨ ਦੀ ਪ੍ਰੈਸ ਕਾਨਫਰੰਸ ਸੀ ਉਹੀ ਮੇਰਾ ਵੀਡੀਓ ਸੀ। ਠੀਕ ਹੈ, ਇੱਕ ਮਿੰਟ ਜੰਗਵੀਰ ਸਿੰਘ ਜੀ, ਜੰਗਵੀਰ ਸਿੰਘ ਸਵਾਲ ਇਹ ਹੈਗਾ ਕਿ ਮੈਂ ਪਹਿਲਾਂ ਵੀ ਸਵਾਲ ਪੁੱਛਿਆ ਸੀ, ਉਹ ਤੁਸੀਂ ਪਹੁੰਚਣਾ ਸੀ ਡਿਬੇਟ ਦੇ ਵਿੱਚ, ਭਗਵੰਤ ਮਾਨ ਇਹ ਵੀ ਗੱਲ ਕਹਿੰਦੇ ਆ ਕਿ ਸੁਖਪਾਲ ਸਿੰਘ ਖਹਿਰਾ ਦੇ ਵਿੱਚ ਮੋਦੀ ਰੂਹ ਨਜ਼ਰ ਆਉਂਦੀ ਹੈ, ਇਹਦਾ ਮਤਲਬ ਕੀ ਹੈ? ਦੇਖੋ ਜੀ, ਆਪਣਾ ਮੈਨੂੰ ਤਾਂ ਇਹ ਪਤਾ ਨਹੀਂ ਕਿ ਮੋਦੀ ਰੂਹ ਇਹਨਾਂ ਦਾ ਕੀ ਕਿਹੜੇ ਕੰਟੈਕਸਟ 'ਚ ਕਿਹਾ, ਪਰ ਜਿੱਥੋਂ ਤੱਕ ਮੈਂ ਸੁਖਪਾਲ ਖਹਿਰਾ ਉਹਨਾਂ ਦੀ ਪਰਸਨੈਲਿਟੀ ਜੋ ਸਭ ਮੀਡੀਆ 'ਚ ਦੇਖਦਾ ਹੈ ਅਤੇ ਜਿਹੜੀ ਸਟੱਡੀ ਕੀਤੀ ਹੈ, ਉਹ ਇਹ ਹੈ ਕਿ ਮੈਂ ਹਾਂ ਉਹਨਾਂ 'ਚ, ਅਤੇ ਉਹਨਾਂ 'ਚ ਇਹ ਹੈਗਾ ਕਿ ਵੀ ਮੈਂ ਦੁੱਧ ਦਾ ਧੁੱਲਿਆ, ਭਾਵੇਂ ਮੇਰੇ ਖਿਲਾਫ ਡਰੱਗ ਕੇਸ 'ਚ, ਚਾਹੇ ਮੈਂ ਸਮਨ ਹੋਵਾਂ ਫਾਜ਼ਿਲਕਾ ਕੋਰਟ 'ਚ, ਚਾਹੇ ਮੇਰੇ ਖਿਲਾਫ ਕਰਪਸ਼ਨ ਦੇ ਜਿਹੜੇ ਕਲੇਮ ਨੇ, ਲਿਫਾਫੇ ਫੜਨ ਵਾਲੀ ਗੱਲ, ਮੇਰੇ ਹੀ ਪਾਰਟੀ ਕੈਡਰ ਮੇਰੇ 'ਤੇ ਦੋਸ਼ ਲਾਉਣ, ਫਿਰ ਵੀ ਮੈਂ ਦੁੱਧ ਦਾ ਧੁੱਲਿਆ। ਹੁਣ ਜਸਤੇਜ ਜੀ ਵੀ ਨੇ ਆਪਣਾ, ਅੱਜ ਬਲਬੀਰ ਸਿੰਘ ਜੀ ਦੀ ਬੜੀ ਤਾਰੀਫ ਕਰ ਰਹੇ ਨੇ, ਮੈਂ ਸੁਣਿਆ ਕਹਿੰਦੇ ਵੀ ਬਹੁਤ ਜ਼ਿਆਦਾ ਕਿਲੋਮੀਟਰ ਰੋਜ਼ ਦੇ ਘੁੰਮਦੇ ਨੇ ਉਹ, ਪਰ ਹਾਂਜੀ ਨਹੀਂ, ਪਰ ਪਹਿਲੇ ਤੁਸੀਂ, ਮੈਂ ਤੁਹਾਡੇ ਨਾਲ ਡਿਬੇਟ 'ਚ ਹੀ ਹੁੰਦਾ ਸੀਗਾ, ਤੁਸੀਂ ਸੁਖਪਾਲ ਖਹਿਰਾ ਹੋਣਾ ਨੂੰ ਸਭ ਤੋਂ ਜ਼ਿਆਦਾ ਡਿਫੈਂਡ ਕੀਤਾ, ਸਪੈਸ਼ਲੀ ਡਰੱਗ ਕੇਸ 'ਚ। ਹੁਣ ਮੈਂ ਤੁਹਾਨੂੰ ਹੀ ਪੁੱਛਣਾ ਚਾਹੁੰਦਾ, ਅੱਜ ਦੀ ਡੇਟ 'ਚ ਤੁਹਾਡਾ ਇਹ ਡਰੱਗ ਕੇਸ ਦੇ ਉੱਤੇ ਤੁਹਾਨੂੰ ਲੱਗਦਾ ਹੈ ਕਿ ਸੁਖਪਾਲ ਖਹਿਰਾ ਜੀ ਦੀ ਕੋਈ ਮੋਰੈਲਿਟੀ ਹੈ, ਕੋਈ ਐਥਿਕਸ ਹੈ ਇਸ ਡਰੱਗ ਕੇਸ 'ਚ? ਖਹਿਰਾ ਸਾਹਿਬ ਦਾ ਮੋਰਲੀ ਅਤੇ ਐਥਿਕਲੀ ਕੀ ਸਟੈਂਡ ਹੋਣਾ ਚਾਹੀਦਾ ਅਤੇ ਤੁਹਾਡਾ ਕੀ ਸਟੈਂਡ? ਮੈਂ ਤੁਹਾਡੇ ਸਵਾਲ ਦੇ ਨਾਲ ਸਵਾਲ ਜੋੜ ਦੇਵਾਂ ਜਸਤੇਜ ਸਿੰਘ। ਸੁਖਪਾਲ ਸਿੰਘ ਖਹਿਰਾ ਨੂੰ ਇਸ ਕਰਕੇ ਤਾਂ ਨਹੀਂ ਉਹਦੇ ਤੋਂ ਹਟਾਇਆ ਫਾਜ਼ਿਲਕਾ ਡਰੱਗ ਕੇਸ ਦੇ ਮਾਮਲੇ 'ਚ? ਮੈਂ ਪਹਿਲਾਂ ਤਾਂ ਉਹ ਜਿਹੜੀ ਵੀਡੀਓ ਦੀ ਗੱਲ ਪਹਿਲਾਂ ਪਿਛਲੇ ਸੈਗਮੈਂਟ 'ਚ ਹੋਈ ਸੀਗੀ, ਅਤੇ ਉਹ ਆਪਾਂ ਵੀਡੀਓ ਦੇਖ ਲਈ ਹੈ ਬ੍ਰੇਕ ਦੇ ਵਿੱਚ, ਉਹਦੇ 'ਚ 1.5 ਮਿੰਟ ਦੀ ਵੀਡੀਓ 'ਚ ਨਾ ਤਾਂ ਡਾਇਰੈਕਟਲੀ ਦੋਨਾਂ ਨੇ ਮਨਾ ਨਹੀਂ ਕੀਤਾ ਵੀ ਉਹ ਇੱਕ ਦੂਜੇ ਨੂੰ ਨਹੀਂ ਮਿਲੇ ਖਹਿਰਾ ਸਾਹਿਬ ਅਤੇ ਵਿਕਰਮ ਅਜੀਤ। ਨਾ ਮੈਂ ਕਦੇ ਟਿਕਟ ਲੈਣੀ ਹੈ, ਸਿੱਧੀ ਜੀ ਗੱਲ ਕਲੀਅਰ ਹੈ ਮੇਰੀ, ਠੀਕ ਹੈ? ਪਰ ਸਾਰੇ ਵੈਸੇ ਕਹਿੰਦੇ ਆਮ ਆਦਮੀ ਪਾਰਟੀ ਜਿੰਨੇ ਜਣੇ ਵੀ ਹੈ ਕਿਸੇ, ਮੈਂ ਤਾਂ ਸਗੋਂ ਇੱਥੇ ਇੱਕ ਐਵੀਡੈਂਸ ਦੇ ਕੇ ਜਾ ਰਿਹਾ, ਠੀਕ ਹੈ, ਬਹੁਤ ਵੱਡਾ। ਤੇ ਉੱਥੇ 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 ਭਗਵੰਤ ਮਾਨ ਨੇ ਵੀ ਕਿਹਾ ਸੀ ਆਹ ਬੈਠਾ ਸੰਧੂ ਪੀੜਤ ਨਰਿੰਦਰ ਸਿੰਘ ਸ਼ੇਰਗਿੱਲ, ਹਾਂ, ਟਿਕਟਾਂ ਦੀ ਗੱਲ ਕਰ ਰਹੇ। ਮੈਂ ਉਹੀ ਕਹਿ ਰਿਹਾ ਨਾ ਕਿ ਵੀ ਦੇਖੋ ਮੌਕਾ ਪ੍ਰਸਤੀ ਦੀ ਸਿਆਸਤ ਤਾਂ ਇਹਨਾਂ ਦੋਨਾਂ ਨੇ ਕੀਤੀ ਹੈ ਨਾ, ਕਮਰ ਸੰਧੂ ਤੇ। ਚਲੋ ਮੈਨੂੰ ਉਹਨੇ ਕਹਾ ਸੁਖਪਾਲ ਸਿੰਘ ਖਹਿਰਾ ਨੂੰ ਹਟਾਇਆ ਕਿਉਂ ਹੈ? ਨਹੀਂ, ਸੁਖਪਾਲ ਸਿੰਘ ਫਾਜ਼ਿਲਕਾ ਵਾਲਾ ਮਾਮਲਾ ਤਾਂ ਨਹੀਂ? ਨਹੀਂ, ਦੇਖੋ ਇੱਥੇ ਦਲਿਤ ਕਾਰਡ ਦੀ ਗੱਲਾਂ ਹੋ ਰਹੀ ਸੀ, ਦਲਿਤ ਕਾਰਡ ਨਹੀਂ ਹੈ ਗੱਲ, ਠੀਕ ਹੈ? ਮੈਂ ਵੀ ਤੁਸੀਂ ਆ ਤੁਹਾਡੇ ਸੀਨੀਅਰ ਲੀਡਰਾਂ ਨੇ ਕਿਹਾ ਕਿ ਦਲਿਤ ਕਾਰਡ ਅਸੀਂ ਦਲਿਤ ਨੂੰ ਬਣਾ, ਉੱਥੋਂ ਦਿੱਲੀਓ ਕਿਹਾ ਵੀ ਅਸੀਂ ਦਲਿਤ ਨੂੰ ਬਣਾਉਣਾ ਸੀਗਾ। ਹਾਂ ਹਾਂ, ਪਰ ਦਲਿਤ ਕਾਰਡ ਦੀ ਗੱਲ ਨਹੀਂ, ਹਰੀ ਕਿੰਗਰਾ ਸਾਹਿਬ ਬੋਲਣ ਦੋ ਪਲੀਜ਼, ਦਲਿਤ ਕਾਰਡ ਦੀ ਗੱਲ ਨਹੀਂ ਹੋ ਰਹੀ, ਆ ਵਿੱਚ ਨਾ ਟੋਕੋ ਤੁਸੀਂ, ਠੀਕ ਹੈ? ਹਰ ਵਾਰ ਵਿੱਚ ਬੋਲ ਪੈਂਦੇ ਹੋ, ਇੱਕ ਮਿੰਟ ਇੱਕ ਮਿੰਟ, ਹਾਂ ਬੋਲੋ ਗੱਲ ਪੂਰੀ। ਦਲਿਤ ਕਾਰਡ ਦੀ ਗੱਲ ਨਹੀਂ ਸੀਗੀ, ਸਭ ਤੋਂ ਮੈਜੋਰਿਟੀ ਪੰਜਾਬ ਦੇ ਵਿੱਚ ਦਲਿਤ ਭਾਈਚਾਰੇ ਦੀ ਹੈ, ਪਰ ਉਸ ਦੇ ਬਾਵਜੂਦ ਸਭ ਤੋਂ ਮਿਨੀਮਮ ਰਿਪ੍ਰੈਜ਼ੈਂਟੇਸ਼ਨ ਉਹਨਾਂ ਦੀ ਹੈ, ਠੀਕ ਹੈ? ਇਸ ਤੋਂ ਯਾਦ ਆਇਆ ਤੁਹਾਨੂੂੰ ਕਿ ਦਲਿਤ ਕਾਰਡ ਨਹੀਂ ਹੈ ਤੇ ਨਾਲ ਐਕਸਪਲੇਨ ਕਰੀ ਜਾ ਰਹੇ ਹੋ, ਇਹ 4 ਸਾਲਾਂ ਦਾ ਯਾਦ ਹੀ ਗੱਲ। ਉਹ ਦੂਜੀ ਗੱਲ ਇਹ ਕਿ ਵੀ ਖਹਿਰਾ ਸਾਹਿਬ ਇੱਕ ਚੰਗੇ ਬੁਲਾਰੇ ਨੇ, ਚੰਗੇ ਲੀਡਰ ਨੇ, ਠੀਕ ਹੈ? ਅਸੀਂ ਚਾਹੁੰਦੇ ਸੀ ਵੀ ਪਾਰਟੀ 'ਚ ਹੋਰ ਵੀ ਚੰਗੇ ਈ ਲੀਡਰ ਹੈ, ਚੰਗੇ ਬੁਲਾਰੇ
चंगे स्पीकर ने एंड असी चाहते से भी होर भी लोग चेहरे उभरन अगे पार्टी के इस करके हरपाल चीमा जी रीजन दस सकते हो सुखपाल सिंह खहरा हटाउन दा नहीं नहीं सुखपाल सिंह खहरा दे तो मैं एक गल मानदा कि भी है उस इंसान ने अरविंद केजरीवाल नू मार के अगे वधन दी पूरी ट्राई कीती ठीक है अच्छा 16 एमएलए ओ 16 एमएलए दे केड़े अजना साइन होए आ भगवंत मान ने 15 नहीं आ 16 ने हां 16 उन्होंने कही आ 16 कही आ ते इना चो केड़े आ जेड़े खैरा साहब दे नाल जय सिंह रोड़ी भी सीगे 16 चो ठीक है पर ओ कल हुन उना दे होर बाकी केड़े आ तीन नाम होर भी होणगे दलित भाईचारे की पॉपुलेशन पर नाले दलित उत्थे दा दलित भाईचारा जिहड़ा दिल्ली दे विच इहो जिहा तंग नहीं है जिहो जिहा पंजाब दे विच तंग है एवें लगदा है एक मिनट एक माल के क्यों इहो गल्लां करी जांदे ऐसा तुहाडी ए 20 साल दिल्ली रह के जाके देख किसे दे हालत 20 साल दिल्ली रह के आए ने जदों आम आदमी पार्टी नहीं सी जसतेज सिंह जी जसतेज सिंह इत्थे कांग्रेस दी गवर्नमेंट है रामदास अठावले जी अमृतसर होंदे मत्था टेकन उन्होंने कहा पंजाब दे विच दलता दी हालत सब तो वधिया पूरे देश विच एनडीए दे साथी आ देखो ठीक है उन्होंने आके स्टेटमेंट दिती है कांग्रेस दी गवर्नमेंट मैं जानता कि सब तो वधिया पंजाब च रामदास अठावले सब फुटबॉल दे पे पंजाब जेड़ा सूबा है ना वो हमेशा तो एक खेती प्रधान ते एक अमीर सूबा है बाकी देशां दे नालों पर जेड़ा हुण पानी अमीर सूबा ना ਤੁਸੀਂ ਕਹਿੰਦੇ ਹੋ ਖਜ਼ਾਨਾ ਹੈ ਨਹੀਂ ਪੰਜਾਬ ਦਾ ਲੁੱਟਿਆ ਗਿਆ ਇਹਨਾਂ ਲੁੱਟ ਲਿਆ ਹੁਣ ਕੀ ਕਰੇ ਅਮੀਰ ਸਰ ਦੇਖੋ ਤੁਹਾਨੂੰ ਪਤਾ ਹੈ ਸਟੇਟਮੈਂਟ ਤੇ ਖੜਦੇ ਨਹੀਂ ਪਏਗੇ ਮੈਂ ਤੁਹਾਨੂੰ ਅਮੀਰ ਕਿਹੜੇ ਪਾਸਿਓਂ ਦੱਸ ਦਿਓ ਮੈਨੂੰ ਅਮੀਰ ਕਿਹੜੇ ਪਾਸਿਓਂ ਹਜੇ ਵੀ ਪੰਜਾਬ ਜਿਹੜਾ ਹੈ ਪੂਰੇ ਦੇਸ਼ ਦੇ ਵਿੱਚ ਜ਼ਮੀਨ ਸਭ ਤੋਂ ਜ਼ਿਆਦਾ ਮਹਿੰਗੀ ਇੱਥੇ ਹੈ ਠੀਕ ਹੈ ਖੇਤੀ ਸਭ ਤੋਂ ਜ਼ਿਆਦਾ ਇੱਥੇ ਹੁੰਦੀ ਹੈ ਇਟ ਇਜ਼ ਨੋਨ ਐਜ਼ ਦਾ ਰਾਈਸ ਬੋਲ ਆਫ ਇੰਡੀਆ ਠੀਕ ਹੈ ਐ ਦੂਜੀ ਗੱਲ ਜਿਹੜੀ ਮੈਂ ਗੱਲ ਕਰ ਰਿਹਾ ਦਲਿਤ ਭਾਈਚਾਰੇ ਵਾਸਤੇ ਜਿਹੜਾ ਬਿਜਲੀ ਫ੍ਰੀ ਪਾਣੀ ਫ੍ਰੀ ਹੋਇਆ ਦਿੱਲੀ ਦੇ ਵਿੱਚ ਉਹ ਸਭ ਤੋਂ ਜ਼ਿਆਦਾ ਉਹ ਸਭ ਤੋਂ ਜ਼ਿਆਦਾ ਉਹਦਾ ਫਾਇਦਾ ਜਿਹੜਾ ਥੱਲੇ ਦਲਿਤ ਭਾਈਚਾਰੇ ਤੱਕ ਗਿਆ ਠੀਕ ਹੈ ਤਰੋ ਸੇ ਲਾਲੀ ਫਟਾਫਟ ਲਾਸਟ ਮਿੰਟ ਜਲਦੀ ਤੁਸੀਂ ਗੱਲ ਕਹਿਣਾ ਚਾਹ ਰਹੇ ਸੀ ਫਟਾਫਟ ਬੋਲੋ ਮੈਂ ਤਾਂ ਇਹਨਾਂ ਨੂੰ ਵਾਰ-ਵਾਰ ਇਹੀ ਜਿਹੜੀ ਗੱਲ ਹੈਗੀ ਆ ਦੇਖੋ ਆਮ ਆਦਮੀ ਪਾਰਟੀ ਦਾ ਜੋ ਕਲੇਸ਼ ਸਾਹਮਣੇ ਆਇਆ ਇਹ ਤੋਂ ਜਿਹੜਾ ਹੈਗਾ ਜਿਹੜੇ ਵਲੰਟੀਅਰ ਨੇ ਉਹਨਾਂ ਦੇ ਮਨ ਵੀ ਟੁੱਟਣਗੇ ਤੁਸੀਂ ਸੁਖਪਾਲ ਸਿੰਘ ਖਹਿਰਾ ਦੇ ਨਾਲ ਰਲਣਾ ਨਹੀਂ ਬਿਲਕੁਲ ਸਾਡੀ ਅਸੀਂ ਕੱਲ ਹੀ ਇਹ ਪਾਇਆ ਵੀ ਜਦੋਂ ਤੱਕ ਲਾਈਨ ਹੀ ਨਹੀਂ ਖਿੱਚਦਾ ਬੰਦਾ ਕਲੀਅਰ ਕੱਟ ਹੀ ਨਹੀਂ ਹੁੰਦਾ ਜੇ ਤਾਂ ਉਹਨਾਂ ਨਾਲ ਇਹਨਾਂ ਲਾਈਨ ਕਿਹੋ ਜੀ ਚਾਹੀਦੀ ਆਮ ਆਦਮੀ ਪਾਰਟੀ ਚੋਂ ਬਾਹਰ ਹੋਣ ਵਾਲੀ ਬਿਲਕੁਲ ਜਿਵੇਂ ਅਸੀਂ ਖਿੱਚ ਕੇ ਬਾਹਰ ਹੋਏ ਸੀ ਜਦੋਂ ਸਾਨੂੰ ਜਲੀਲ ਕਰਕੇ ਇਹਨਾਂ ਨੇ ਕੱਢਿਆ ਜਾਂ ਤਾਂ ਉਸ ਪ੍ਰਕਾਰ ਦਾ ਐਕਟ ਕਰੇ ਜਿਸ ਪ੍ਰਕਾਰ ਤੋਂ ਐਕਟ ਕਰਦੇ ਉਹਦੇ ਵਿੱਚੋਂ ਨਿਕਲਣਾ ਕੁਛ ਨਹੀਂ ਇਹ ਖੁਸ਼ੀ ਤੇ ਆਤਮਘਾਤੀ ਰਾਜਨੀਤੀ ਲਾਸਟ ਮਿੰਟ ਆਮ ਆਦਮੀ ਪਾਰਟੀ ਨੂੰ ਐਨ ਆਰ ਆਈ ਨੇ ਬਹੁਤ ਮਦਦ ਕੀਤੀ ਹੈ ਜਦੋਂ ਵੀ ਆਮ ਆਦਮੀ ਪਾਰਟੀ ਦਾ ਕੋਈ ਵੀ ਨੁਮਾਇੰਦਾ ਹੋਵੇ ਪੀਸੀ ਕਰਦਾ ਉਹ ਕਹਿੰਦੇ ਐਨ ਆਰ ਆਈ ਨੂੰ ਠੱਗੋ ਨਾ ਐਨ ਆਰ ਆਈ ਨੂੰ ਬੇਵਕੂ ਨਾ ਬਣਾਓ ਐਨ ਆਰ ਆਈ ਨੂੰ ਲੁੱਟੋ ਨਾ ਸਵਾਲ ਐਨ ਆਰ ਆਈ ਤੇ ਜਾ ਕੇ ਟਿਕਿਆ ਐਨ ਆਰ ਆਈ ਗੱਲ ਕਿਉਂ ਕਰਦੀ ਆਮ ਆਦਮੀ ਪਾਰਟੀ ਇਕੱਲੇ ਡਾਲਰਾਂ ਕਰਕੇ ਐਨ ਆਰ ਆਈ ਜਿਹੜੀ ਹੈ ਇਹਨਾਂ ਤੋਂ ਲੈ ਲਓ ਜਵਾਬ ਕਿੰਗਰਾ ਸਾਹਿਬ ਸੋਨੇ ਦੀ ਮੁਰਗੀ ਹੈ ਆਮ ਆਦਮੀ ਪਾਰਟੀ ਦੀ ਸੋਨੇ ਦੀ ਮੁਰਗੀ ਹੈ ਔਰ ਇਹਦੇ ਕਰਕੇ ਉਹਨਾਂ ਨੂੰ ਇਹ ਗੱਲ ਕਰਨੀ ਪੈਂਦੀ ਹੈ ਹੁਣ ਮੈਂ ਅਗਲੀ ਗੱਲ ਕਰਾਂ ਅੱਜ ਭਗਵੰਤ ਮਾਨ ਨੇ ਸਾਫ਼ ਕਹਿਤਾ ਕੋਈ ਸਵਾਲ ਕੀਤਾ ਸੀ ਉਹ ਕਹਿੰਦੇ ਵੀ ਜਲਦੀ ਖੁਸ਼ਖਬਰੀ ਮਿਲ ਜਾਏਗੀ ਤੁਹਾਨੂੰ ਇਹਨਾਂ ਵਿਰੁੱਧ ਐਕਸ਼ਨ ਸ਼ੁਰੂ ਹੋ ਜਾਏਗਾ ਸੋ ਇਹ ਵੀ ਜਾਣਕਾਰੀ ਹੈ ਵੀ ਸੁਖਪਾਲ ਖਹਿਰਾ ਨੂੰ ਇੱਕ ਵਾਰੀ ਇਹਨਾਂ ਨੇ ਰਿਵਿਊ ਕਰਨ ਦਾ ਵੀ ਯਤਨ ਕੀਤਾ ਸੀ ਵੀ ਜੇ ਕਿਸੇ ਢੰਗ ਨਾਲ ਆਪਾਂ ਲੈ ਦੇ ਕਰ ਲਈਏ ਸੁਖਪਾਲ ਸਿੰਘ ਖਹਿਰਾ ਦਾ ਬਿਆਨ ਆ ਗਿਆ ਹੁਣ ਹਾਈ ਕਮਾਂਡ ਵੀ ਸਾਡੇ ਮਤੇ ਅਸੀਂ ਉਹਨਾਂ ਦੇ ਟਿਕੇ ਹੋਏ ਹਾਂ ਨਹੀਂ ਮੇਰੇ ਨਾਲ ਵੀ ਗੱਲ ਹੋ ਗਈ ਉਹ ਕਹਿੰਦੇ ਮੈਂ ਇਸ ਗੱਲ ਦਾ ਜਵਾਬ ਕੱਲ੍ਹ ਠੰਡੇ ਦਿਮਾਗ ਅਤੇ ਚੰਗੇ ਸ਼ਬਦਾਂ ਨਾਲ ਦੇਵਾਂਗਾ ਬੀਜੇਪੀ ਵਾਂਗੂ ਇਹ ਨਹੀਂ ਹੈਗਾ ਕਿ ਵੀ ਕਰੋਨੀ ਕੈਪੀਟਲ ਸਾਨੂੰ ਫੰਡ ਕਰਦੇ ਆ ਅਸੀਂ ਮੰਗੇ ਪਹਿਲਾਂ ਵੀ ਉਹਨਾਂ ਤੋਂ ਪੋਤੇ ਨੂੰ ਬਹੁਤ ਧੰਨਵਾਦ ਪ੍ਰੋਫੈਸਰ ਲਾਲੀ ਤੁਹਾਡਾ ਜੰਗਵੀਰ ਤੁਹਾਡਾ ਐਚ ਐਸ ਕਿੰਗਰਾ ਤੁਹਾਡਾ ਜਸੇ ਸਿੰਘ ਤੁਹਾਡਾ ਬਹੁਤ ਧੰਨਵਾਦ ਤਲੋਚ ਸਿੰਘ ਜੀ ਤੁਹਾਡਾ ਬਹੁਤ ਧੰਨਵਾਦ ਆਮ ਆਦਮੀ ਪਾਰਟੀ ਦਾ ਰਫੜ ਅਜੇ ਮੁੱਕਿਆ ਨਹੀਂ ਹਜੇ ਫਿਲਮ ਪੂਰੀ ਬਾਕੀ ਹੈਗੀ ਹੈ ਟ੍ਰੇਲਰ ਚੱਲਦੇ ਪਏ ਹੈਗੇ ਆ ਪਤਾ ਨਹੀਂ ਅੱਗੇ ਕੀ ਹੋਣਾ ਜੋ ਹੋਊਗਾ ਤੁਹਾਨੂੰ ਦੱਸ ਦਾਂਗੇ ਪਰ ਸਾਡਾ ਸਵਾਲ ਇਹ ਵੀ ਕਾਇਮ ਹੈ ਪੰਜਾਬ ਆਪ ਨੂੰ ਕੀ ਚਾਹੀਦਾ ਸੁੱਖ ਜਾਂ ਮਾਨ ਕਿਉਂਕਿ ਪੱਤੇ ਸਾਰੇ ਸਿੱਟ ਰਹੇ ਆ